ਆਪਣਾ ਪੰਜਾਬ ਟੀਵੀ ਦਾ ਧੰਨਵਾਦੀ ਹਾਂ ਕਿ ਜਿਹਨੇ ਮੈਨੂੰ ਇਹ ਮੌਕਾ ਦਿੱਤਾ ਕੈਨੇਡਾ 'ਚ ਪੰਜਾਬ ਦੇ ਹਾਲਾਤਾਂ ਬਾਰੇ ਵਿਚਾਰ ਵਟਾਂਦਰਾ ਕਰਨ ਦਾ। ਫਿਰ ਆਪਣੇ ਸਰੋਤਿਆਂ ਨੂੰ ਔਰ ਆਪਣੇ ਟੈਲੀਵਿਜ਼ਨ ਦੇ ਹੈਰੀ ਸਾਹਿਬ ਨੂੰ ਔਰ ਤੁਹਾਨੂੰ ਅਮਨ ਜੀ ਨੂੰ ਥੈਂਕ ਯੂ ਜੀ ਧੰਨਵਾਦ ਕਰਦਾ ਵਾਂ। ਅਤੇ ਜਿਹੜੀ ਤੁਸੀਂ ਪੰਜਾਬ ਦੇ ਬਾਰੇ ਗੱਲ ਕੀਤੀ ਹੈ ਕਿ ਅੱਜ ਦੇ ਪੰਜਾਬ ਦੇ ਹਾਲਾਤ, ਪੰਜਾਬ ਦੀਆਂ ਪਾਰਟੀਆਂ, ਇਹਨੂੰ ਜਾਣਨ ਵਾਲੇ ਲਈ ਸਾਨੂੰ ਪਹਿਲਾਂ ਸੰਖੇਪ ਜਿਹਾ ਪੁਰਾਣਾ ਇਤਿਹਾਸ ਪੰਜਾਬ ਦਾ ਲਿਖਣਾ ਪਊ, ਪੜ੍ਹਨਾ ਪਊ, ਦੇਖਣਾ ਪਊ, ਕਿਉਂਕਿ ਪੰਜਾਬ ਦੇ ਨਾਲ ਬੜਾ ਵੱਡਾ ਦੁਖਾਂਤ ਹੋਇਆ 1947 ਤੋਂ। ਹਾਂਜੀ, ਜਦੋਂ ਪੰਜਾਬ ਦੀ ਵੰਡ ਹੋਈ ਅਤੇ ਸਿੱਖ ਕਮਿਊਨਿਟੀ, ਜਿਹੜੀ ਪੰਜਾਬੀ ਕਮਿਊਨਿਟੀ ਸੀ, ਹਿੰਦੁਸਤਾਨ 'ਚ ਬੜੀ ਮਾਇਨੋਰਟੀ ਦੇ ਵਿੱਚ ਸੀ ਔਰ ਲੀਡਰਸ਼ਿਪ ਵੀ ਬੜੀ ਕਮਜ਼ੋਰ ਸੀ ਉਦੋਂ। ਲੀਡਰਸ਼ਿਪ, ਸ਼ਹਿਰੀ ਲੀਡਰਸ਼ਿਪ ਜਿਹੜੀ ਸੀ ਸਿਆਸਤ ਨੂੰ, ਪੰਜਾਬ ਦੀ ਸਿਆਸਤ ਨੂੰ ਸਿੱਖ ਲੀਡਰਸ਼ਿਪ ਦੇ ਵਿੱਚੋਂ ਉਹ ਡੋਮੀਨੇਟ ਕਰਦੀ ਸੀ, ਮਾਸਟਰ ਤਾਰਾ ਸਿੰਘ ਵਗੈਰਾ, ਕਿਉਂਕਿ ਬਾਬਾ ਖੜਕ ਸਿੰਘ ਵਗੈਰਾ ਜਿਹੜੇ ਸਨ ਉਹ ਪੁਰਾਣੇ ਹੋ ਚੁੱਕੇ ਸਨ, ਬਜ਼ੁਰਗ ਹੋ ਚੁੱਕੇ ਸਨ, ਸ਼ਹੀਦ ਪੁੰਨਾ ਸਰਗਵਾਦ ਹੋ ਚੁੱਕੇ ਸਨ। ਪਾਕਿਸਤਾਨ ਹਿੰਦੁਸਤਾਨ ਬਣ ਗਿਆ ਅਤੇ ਪੰਜਾਬ ਦੇ ਲੋਕਾਂ ਨੂੰ ਬੜਾ ਹੀ ਇੱਕ ਦੁਖਾਂਤ ਦੇਖਣਾ ਪਿਆ, ਇੱਧਰੋਂ ਉੱਧਰ, ਉੱਧਰੋਂ ਇੱਧਰ, ਚਾਹੇ ਉਹ ਉੱਧਰ ਦੇ ਪੰਜਾਬ ਦੇ ਸਨ, ਚਾਹੇ ਇੱਧਰ ਦੇ ਪੰਜਾਬ ਦੇ ਸਨ। ਲੋਕਾਂ ਦੀਆਂ ਜ਼ਿੰਦਗੀਆਂ ਬੜੀਆਂ ਬਰਬਾਦ ਹੋਈਆਂ, ਕਤਲੋਗਾਰਦ ਹੋਈ, ਜਾਇਦਾਦਾਂ ਲੁੱਟ ਗਈਆਂ ਅਤੇ ਸਿਆਸਤ ਨੇ ਇੱਕ ਨਵਾਂ ਹੀ ਰੂਪ ਲੈ ਲਿਆ ਪੰਜਾਬ ਦੀਆਂ। ਬੜੀ ਉਮੀਦ ਸੀ ਦੇਸ਼ ਆਜ਼ਾਦ ਹੋਏਗਾ ਅਤੇ ਪੰਜਾਬੀਆਂ ਨੇ ਪੰਜਾਬੀਆਂ ਦੇ ਹੱਕ ਮੰਗੇ, ਕਿਉਂਕਿ ਪੰਜਾਬੀ ਬਹੁਤ ਮਿਹਨਤੀ ਨੇ। ਹਾਂਜੀ, ਔਰ ਉਦੋਂ ਸਿਆਸਤ, ਕਿਉਂਕਿ ਸਿਆਸਤ ਜਿਹੜੀ ਆ, ਲੋਕਾਂ ਨੇ ਸੋਚਿਆ ਕਿ ਡੈਮੋਕ੍ਰੇਸੀ ਆ ਰਹੀ, ਆਪਣਾ ਦੇਸ਼ ਦੀ ਆਜ਼ਾਦੀ ਮਿਲ ਗਈ ਹੈ ਅਤੇ ਸਿਆਸਤ ਦੇ ਲੀਡਰ ਜਿਹੜੇ ਸਾਡੇ ਦੇਸ਼ ਦੇ ਘਲਾਟੀਏ ਸਨ, ਮਾਸਟਰ ਤਾਰਾ ਸਿੰਘ ਵਗੈਰਾ, ਹੋਰ ਵੀ ਹਾਂਜੀ ਇੱਥੇ ਇੱਥੋਂ ਦੇ ਪੰਜਾਬ ਦੇ ਸਨ, ਹਿੰਦੂ ਲੀਡਰ ਵੀ ਸਨ, ਭੀਮ ਸਿੰਘ ਸੱਚਰ ਵਗੈਰਾ, ਉਹਨਾਂ ਨੇ ਪੰਜਾਬ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ। ਲੇਕਿਨ ਜੋ ਵਾਅਦੇ ਕੀਤੇ ਪੰਜਾਬੀਆਂ ਦੇ ਨਾਲ ਕਿ ਇਹ ਪੰਜਾਬੀਆਂ ਨੂੰ ਵੱਧ ਅਧਿਕਾਰ ਦੇਵਾਂਗੇ, ਪੰਜਾਬੀਆਂ ਦਾ ਖਾਸ ਧਿਆਨ ਰੱਖਿਆ ਜਾਵੇ, ਕਈ ਐਗਰੀਮੈਂਟ ਉਹਨਾਂ ਨਾਲ ਹੋਏ ਸੀ, ਅਤੇ ਉਹਨਾਂ ਅੱਖੋਂ ਪਰੋਲੇ ਕਰਕੇ ਪੰਜਾਬ ਨਾਲ ਬੜਾ ਵੱਡਾ ਧੱਕਾ ਆਇਆ। ਇੱਕ ਨਵੀਂ ਮੂਵਮੈਂਟ ਜੀ ਆ ਗਈ ਪੰਜਾਬ 'ਚ ਅਤੇ ਮਾਸਟਰ ਤਾਰਾ ਸਿੰਘ ਹੋਰਾਂ ਨੇ ਪੰਜਾਬੀਆਂ ਦੇ ਹੱਕਾਂ ਵਾਸਤੇ ਸਿੱਖ ਹੋਮਲੈਂਡ ਦਾ ਨਾਅਰਾ ਦਿੱਤਾ, ਜਾਂ ਪੰਜਾਬੀ ਭਾਸ਼ਾ ਵਾਸਤੇ ਪੰਜਾਬੀ ਸੂਬੇ ਦਾ ਨਾਅਰਾ। ਹਾਂਜੀ, ਉਹਦੇ ਵਿੱਚ ਬੜੀ ਜੱਦੋਜਹਿਦ ਪੰਜਾਬੀਆਂ ਨੂੰ ਕਰਨੀ ਸੀ। ਲੇਕਿਨ ਬਦਕਿਸਮਤੀ ਇਹ ਪੰਜਾਬ ਦੀ ਕਿ ਕਦੀ 1962 ਦਾ ਚਾਈਨਾ ਦਾ ਯੁੱਧ ਆ ਜਾਣਾ, 1965 ਦਾ ਪਾਕਿਸਤਾਨ ਹਿੰਦੁਸਤਾਨ ਦੀ ਵਾਰ ਆ ਜਾਣੀ, ਅਤੇ ਪੰਜਾਬੀ ਜਦੋਂ ਉੱਜੜ ਕੇ ਆਏ ਸੀ ਉੱਥੋਂ ਪਾਕਿਸਤਾਨ 'ਚੋਂ, ਉਹਨਾਂ ਦਾ ਵਿਚਾਰਿਆਂ ਦਾ ਆਪਣੀ ਆਰਥਿਕਤਾ ਨੂੰ ਸੁਧਾਰਨ ਵਾਸਤੇ ਧਿਆਨ ਜ਼ਿਆਦਾ ਗਿਆ ਅਤੇ ਸਿਆਸੀ ਤੌਰ 'ਤੇ ਉਹ ਲਾਭੇ ਜੇ ਹੋਵੇ। ਮਤਲਬ ਕਿਤੇ ਨਾ ਕਿਤੇ ਆਪਾਂ ਇੱਥੇ ਗੱਲ ਕਰਾਂਗੇ, ਦੇਸ਼ ਆਜ਼ਾਦ ਹੋਇਆ, ਪੰਜਾਬੀਆਂ ਨੂੰ ਸਭ ਤੋਂ ਜ਼ਿਆਦਾ ਦੁੱਖ ਝੱਲਣਾ ਪਿਆ, ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਪੰਜਾਬੀਅਤ ਦਾ। ਉਸ ਤੋਂ ਬਾਅਦ ਜਦੋਂ ਸੂਬੇ ਵੰਡੇ ਗਏ, ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ, ਲੋਕ ਇੱਧਰੋਂ ਉੱਧਰ ਗਏ, ਉਹ ਸਿਰਫ ਆਪਣੀ ਉਹਦੇ 'ਚ ਰੋਜ਼ੀ ਰੋਟੀ 'ਚ ਲੱਗ ਗਏ, ਕਿਉਂਕਿ ਉਹਨਾਂ ਦੀ ਇੱਕ ਜ਼ਿੰਮੇਵਾਰੀ ਸੀ ਪੂਰੇ ਹਿੰਦੁਸਤਾਨ ਨੂੰ ਸਾਂਭਣਾ। ਕਹਿੰਦੇ ਨਾ ਪੰਜਾਬ ਜਿਹੜਾ ਵਾ ਹਿੰਦੁਸਤਾਨ ਦਾ ਅੰਨਦਾਤਾ ਵਾ, ਉਹਦਾ ਦਿਲ ਆ ਹਿੰਦੁਸਤਾਨ ਦਾ। ਬਟ ਕਿਤੇ ਨਾ ਕਿਤੇ ਜਿਹੜੀਆਂ ਉਦੋਂ ਪਾਰਟੀਆਂ ਬਣੀਆਂ, ਅਕਾਲੀ ਦਲ ਪਾਰਟੀ ਪੰਜਾਬ 'ਚ ਸੀਗੀ, ਕਾਂਗਰਸ ਵੀ ਕੰਮ ਕਰ ਰਹੀ ਸੀਗੀ, ਕਿ ਇਹਨਾਂ ਨੇ ਜਿਹੜੀ ਆਪਣੀ ਇਹਨਾਂ ਦੀ ਡਿਊਟੀ ਸੀਗੀ, ਕਿਤੇ ਨਾ ਕਿਤੇ ਇਹਨਾਂ ਡਿਊਟੀ ਤੋਂ ਕੁਤਾਹੀ ਵਰਤੀ ਆ। ਬਿਲਕੁਲ, ਇਹਨਾਂ ਨੇ ਪੰਜਾਬ ਦੇ ਬਾਰੇ ਨਹੀਂ ਸੋਚਿਆ, ਸਿਰਫ ਕਿਤੇ ਨਾ ਕਿਤੇ ਇਹਨਾਂ ਦੇ ਆਪਣੇ ਘਰ ਭਰਨ ਦੇ ਬਾਰੇ ਸੋਚਿਆ। ਉਹਦਾ ਕਾਰਨ ਇਹ ਹੈ ਵੀ ਜਦੋਂ ਸਿਆਸਤ ਚੱਲਦੀ, ਤਾਕਤ ਦੀ ਸਿਆਸਤ ਜਦੋਂ ਪੰਜਾਬ ਆ ਗਈ ਨਾ, ਹਾਂਜੀ, ਮਾਸਟਰ ਤਾਰਾ ਸਿੰਘ ਨੇ ਯੁੱਧ ਲੜਿਆ ਆਪਣਾ ਪੰਜਾਬੀ ਸੂਬੇ ਦਾ, ਉਹਦੇ ਖਿਲਾਫ ਵੀ ਕਈ ਫੋਰਸਿਸ ਖੜੀਆਂ ਹੋ ਗਈਆਂ। ਜਿਸ ਤਰ੍ਹਾਂ ਸਾਹ ਪ੍ਰਤਾਪ ਸਿੰਘ ਕਹਿ ਰਹੇ, ਬੜਾ ਸਿਆਣਾ ਲੀਡਰ ਸੀ, ਹਾਂਜੀ, ਬੜੀ ਡਿਵੈਲਪਮੈਂਟ 'ਚ ਦਾ ਯੋਗਦਾਨ ਹੈ ਪੰਜਾਬ ਦੀ 'ਚ, ਕਿਉਂਕਿ ਹਿੰਦੁਸਤਾਨ ਡਿਵੈਲਪ ਕਰ ਰਿਹਾ ਸੀ, ਨਹਿਰੂ, ਜਵਾਹਰ ਲਾਲ ਨਹਿਰੂ ਜੀ ਨਾਲ ਉਹਨਾਂ ਦੇ ਬੜੇ ਸਬੰਧ ਸੀ ਚੰਗੇ, ਠੀਕ, ਬੜੀ ਡਿਵੈਲਪਮੈਂਟ ਵੀ ਹੋਈ। ਲੇਕਿਨ ਇੱਕ ਨਵੀਂ ਪੀੜ੍ਹੀ ਜਿਹੜੀ ਰੱਖੀ ਨਾ, ਨੀਂਹ ਜੀ ਰੱਖੀ ਗਈ, ਕਰਪਸ਼ਨ, ਹਾਂਜੀ, ਉਹਨਾਂ ਦੇ ਬੱਚਿਆਂ ਦੇ ਉੱਤੇ ਬੜੇ ਇਲਜ਼ਾਮ ਲੱਗੇ, ਜਾਇਦਾਦਾਂ ਬਣਾਉਣੀ ਸ਼ੁਰੂ ਕੀਤੀਆਂ, ਹਾਂਜੀ, ਇੱਕ ਲਾਲਚ ਜਿਹਾ ਲੀਡਰਸ਼ਿਪ ਨੂੰ ਪੈ ਗਿਆ ਵੀ ਲੁੱਟ ਲਓ, ਮਤਲਬ ਭਾਈਆ ਭਤੀਜਾਵਾਦ ਚੱਲ ਪਿਆ, ਮਤਲਬ ਸ਼ੁਰੂ ਹੋ ਗਿਆ, ਹਾਂਜੀ। ਉਹ ਮਾਸਟਰ ਤਾਰਾ ਸਿੰਘ ਵਰਗੇ ਜਿਹੜੇ ਡੈਡੀਕੇਟਡ ਜਿਹੇ ਲੀਡਰ ਸਨ, ਜਾਂ ਹੋਰ ਵੀ ਸਨ, ਉਹਨਾਂ ਦੇ ਬਰਾਬਰ ਵੀ ਨਵੀਆਂ ਫੋਰਸ ਖੜਿਆ ਕਰ ਦਿੱਤੀਆਂ, ਉਹਨਾਂ ਦੇ ਬਰਾਬਰ ਸੰਤ ਫਤਿਹ ਸਿੰਘ ਆ ਗਏ, ਹਾਂਜੀ, ਸੰਤ ਚੰਨਣ ਸਿੰਘ ਜੀ ਆ ਗਏ, ਹਾਂਜੀ, ਅਤੇ ਪੰਜਾਬੀ ਸੂਬਾ ਬਣਦੇ ਗਿਆ, ਹਾਂਜੀ। ਤੁਸੀਂ ਦੇਖੋ ਉਦੋਂ ਜੇ ਬੱਚੇ ਸੀ ਤਾਂ ਉਦੋਂ ਪੈਦਾ ਵੀ ਨਹੀਂ ਸ਼ਾਇਦ ਹੋਏ ਹੋ ਗਏ, ਛੋਟੇ ਛੋਟੇ ਸਨ, ਅਤੇ ਜਦੋਂ ਦਰਬਾਰ ਸਾਹਿਬ ਦੇ ਅੰਦਰ ਹੋਮਨ ਕੁੰਡ ਬਣ ਗਏ ਅਤੇ ਪੰਜਾਬੀ ਸੂਬੇ ਵਾਸਤੇ ਥੱਲੇ ਹਜ਼ਾਰਾ ਸਿੰਘ ਗਿੱਲ ਵਗੈਰਾ ਸਨ ਲੀਡਰ, ਉੱਤੇ ਉਹਨੇ ਵਰਤ ਰੱਖਿਆ ਸੀ ਸੰਤ ਫਤਿਹ ਸਿੰਘ ਰਾਣੇ, ਅਤੇ ਉਹ ਬੜਾ ਅਜੀਬੋ ਗਰੀਬ ਜਿਹਾ ਦ੍ਰਿਸ਼ ਜਿਹਾ ਉੱਥੇ ਪੈਦਾ ਹੋ ਗਿਆ।
ਮਤਲਬ ਕਿਤੇ ਨਾ ਕਿਤੇ ਇਹਦਾ ਮਤਲਬ ਕਿ ਜਿਹੜੀ ਸਿਆਸਤ ਤੇ ਧਰਮ ਇਹ ਧਰਮ ਦੋਵੇਂ ਚੀਜ਼ਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਉਹ ਰਹੇ ਸੀਗੇ। ਕਰ ਰਹੇ ਸੀ ਔਰ ਸਾਰਾ ਜਿਹੜਾ ਜੋ ਮਕਸਦ ਸੀ ਨਾ ਪੰਜਾਬ ਦੇ ਡਿਵੈਲਪਮੈਂਟ ਦਾ, ਹਾਂਜੀ ਆਰਥਿਕ ਵਿਕਾਸ ਦਾ, ਉਹ ਹੋਰ ਪਾਸੇ ਤੁਰ ਪਿਆ। ਲੇਕਿਨ ਚਲੋ ਫਿਰ ਪੰਜਾਬੀ ਸੂਬਾ ਬਣ ਗਿਆ 1966 'ਚ, ਹਾਂਜੀ ਇੱਕ ਨਵੀਂ ਲੀਡਰਸ਼ਿਪ ਡਿਵੈਲਪ ਹੋ ਗਈ। ਫਿਰ ਸੰਤ ਫਤਿਹ ਮਾਸਟਰ ਤਾਰਾ ਸਿੰਘ ਵਗੈਰਾ ਥੱਲੇ ਲੱਗ ਗਏ, ਖਤਮ ਹੋ ਗਏ ਹਾਂਜੀ, ਸਿਆਸਤ ਉਹਨਾਂ ਦੀ ਤਾਕਤ ਖਤਮ ਹੋ ਗਈ, ਪੁਰਾਣੇ ਲੀਡਰ ਸਨ। ਇੱਕ ਸੰਤ ਫਤਿਹ ਸਿੰਘ, ਸੰਤ ਚਰਨ ਸਿੰਘ ਜੀ ਆਏ, ਹਾਂਜੀ ਉਸ ਤੋਂ ਬਾਅਦ ਇਹਨਾਂ ਦੇ ਪੰਜਾਬੀ ਸੂਬੇ ਦਾ ਬੜਾ ਫਾਇਦਾ ਹੋਇਆ ਅਕਾਲੀ ਪਾਰਟੀ ਨੂੰ, ਅਕਾਲੀ ਪਾਰਟੀ ਨੂੰ। ਤੇ ਅਕਾਲੀ ਪਾਰਟੀ ਜੋ ਇੱਕ ਹੋਂਦ 'ਚ ਨਵੇਂ ਜਸਟਿਸ ਗੁਰਨਾਮ ਸਿੰਘ ਆਏ ਮੁੱਖ ਮੰਤਰੀ ਬਣੇ, ਉਦੋਂ ਉਹਨਾਂ ਨੇ ਇੱਕ ਬੜਾ ਨਵਾਂ ਤਜਰਬਾ ਕੀਤਾ ਵੀ ਭਾਰਤੀ ਜਨਸੰਘ ਜਾਂ ਜਿਹਨੂੰ ਬੀਜੇਪੀ ਕਹਿੰਦੇ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਕਹਿੰਦੇ, ਉਦੋਂ ਭਾਰਤੀ ਜਨਸੰਘ ਤੇ ਕਮਿਊਨਿਸਟ, ਕਮਿਊਨਿਸਟ ਈਵਨ ਕਿ ਉਦੋਂ ਗਿਆਨੀ ਗੁਰਮੁਖ ਸਿੰਘ ਮੁਸਾਫਰ ਹੁੰਦੇ ਸੀ, ਬੜੇ ਵੱਡੇ ਲੀਡਰ ਸੀ, ਫਰੀਡਮ ਫਾਈਟਰ ਸੀ, ਹਾਂਜੀ ਉਹਨਾਂ ਦੀ ਜਮਾਨਤ ਵੀ ਜ਼ਬਤ ਹੋ ਗਈ ਅੱਛਾ ਇਲੈਕਸ਼ਨ ਦੇ ਵਿੱਚ। ਇਹ ਪੰਜਾਬੀ ਸੂਬੇ ਦਾ ਬੰਦਾ, ਭਾਸ਼ਾ ਦੇ ਆਧਾਰ ਤੇ ਬੰਦਾ, ਇਹ ਅਸਰ ਹੋਇਆ। ਕਾਮਰੇਡ ਰਾਮ ਕ੍ਰਿਸ਼ਨ ਬਣੇ ਮੁੱਖ ਮੰਤਰੀ, ਹਾਂਜੀ ਮਤਲਬ ਲੀਡਰਸ਼ਿਪ ਕਮਜ਼ੋਰ ਜੀ ਹੁੰਦੀ ਗਈ, ਕਮਜ਼ੋਰ ਪੰਜਾਬ ਹੁੰਦੀ ਦੀ। ਗਈ ਮਤਲਬ ਤੇ ਫਿਰ ਗੁਰਨਾਮ ਸਿੰਘ ਜਸਟਿਸ, ਉਹ ਇਮਾਨਦਾਰ ਬੰਦਾ ਸੀ, ਜ਼ਿਆਦਾ ਸਿਆਸੀ ਬੰਦਾ ਨਹੀਂ ਸੀ, ਹਾਂਜੀ ਤੇ ਖਤਰਨਾਕ ਜਿਹੇ ਹੱਥਾਂ 'ਚ, ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਤੇ ਮਹਾਰਾਜਾ ਰਣਜੀਤ ਸਿੰਘ ਬਹੁਤ ਤਕੜਾ ਰਾਜ ਸੀ, ਬੜਾ ਸਟੇਟ ਵੱਡਾ ਸੀ, ਉਹਨੂੰ ਖਤਮ ਕਰਨ ਵਾਸਤੇ ਜਿਹੜੀਆਂ ਦੂਜੀਆਂ ਰਿਆਸਤਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਉਹਨੂੰ ਖਤਮ ਹਾਂਜੀ ਕਰਤਾ। ਹਾਂਜੀ ਉਹਦੇ ਵਿੱਚ ਕੁਛ ਲੋਕ ਜਾਗੀਰਦਾਰ ਲੋਕ ਜਿਹੜੇ ਸੀ ਨਾ, ਉਹ ਡੋਮੀਨੇਟ ਕਰ ਗਏ, ਉਹ ਹੀ ਜਾਗੀਰਦਾਰ ਸਿਸਟਮ ਜਿਹਾ ਅੱਗੇ ਵੱਧਦਾ ਗਿਆ ਪਾਕਿਸਤਾਨ ਆਜ਼ਾਦੀ ਵੇਲੇ ਵੀ। ਜਿਹੜੇ ਜਿਹਨਾਂ ਨੇ ਦੇਸ਼ ਦੀ ਆਜ਼ਾਦੀ ਦਾ ਹਿੱਸਾ ਲਿਆ ਸੀ ਨਾ, ਹਾਂਜੀ ਉਹ ਵਿਚਾਰੇ ਪਿਛਾਂ ਹਟਦੇ ਗਏ, ਮਤਲਬ ਉਹਨਾਂ ਨੂੰ ਅਹਿਮੀਅਤ ਦਿੱਤੀ ਨਹੀਂ ਗਈ ਜਿਨ੍ਹਾਂ ਨੇ ਮੇਨ ਜਿਹੜੇ ਅੱਗੇ ਸੀਗੇ। ਆ ਗਈ ਨਾ ਤਾਕਤ ਪੋਲਿਟਿਕਸ, ਆ ਗਈ ਪੋਲਿਟਿਕਸ, ਆ ਗਈ ਫਿਰ ਜਸਟਿਸ ਗੁਰਨਾਮ ਸਿੰਘ ਆ ਗਏ, ਉਹਨੂੰ ਉਹਦੀ ਲੱਤਾਂ ਖਿੱਚੀਆਂ, ਫਿਰ ਲਕਸ਼ਮਣ ਸਿੰਘ ਗਿੱਲ ਮੁੱਖ ਮੰਤਰੀ ਬਣ ਗਿਆ, ਆਇਆ ਗਿਆ ਰਮਗਹਿਰਾ, ਸ਼ੁਰੂ ਹੋ ਗਿਆ ਕੰਮ, ਇੱਕ ਦੂਜੇ ਨੂੰ ਠੀਕ ਪਰੋਚ ਸ਼ੁਰੂ ਹੋ ਗਈ। ਉਸ ਤੋਂ ਬਾਅਦ ਪੰਜਾਬ ਨੇ ਮਤਲਬ ਚੈਨ ਲਿਆ ਨਹੀਂ, ਮਤਲਬ ਕਿ ਸ਼ੁਰੂ ਤੋਂ ਹੀ ਮਤਲਬ ਪੰਜਾਬ ਨੂੰ ਚੈਨ ਧੱਕੇ ਤਫੇੜੇ ਚੱਲੇ ਆ, ਲੋਕਾਂ ਨੂੰ ਚੈਨ ਮਿਲਿਆ ਨਹੀਂ। ਲੋਕਾਂ ਇੱਕ ਥੋੜ੍ਹਾ ਜਿਹਾ 5-7 ਸਾਲ ਗਿਆ ਨਹੀਂ ਜੈਲ ਸਿੰਘ ਵੇਲੇ, ਸਤਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਗਿਆ ਥੋੜ੍ਹੇ ਚਿਰ ਵਾਸਤੇ, ਉਸ ਤੋਂ ਬਾਅਦ ਗਿਆਨੀ ਜੈਲ ਸਿੰਘ 5-7 ਸਾਲ ਜਿਹੜਾ ਰਾਜ ਕੀਤਾ, ਮੈਂ ਕਈ ਗੱਲਾਂ 'ਚ ਉਹਨਾਂ ਨਾਲ ਸਹਿਮਤ ਨਹੀਂ, ਲੇਕਿਨ ਉਹ ਸਟੇਬਲ ਜਿਹਾ ਰਾਜ ਰਿਹਾ। ਉਦੋਂ ਥੋੜ੍ਹਾ ਬਹੁਤਾ ਪੰਜਾਬ ਦਾ ਵਿਕਾਸ ਹੋਇਆ, ਫਿਰ ਕ੍ਰਾਂਤੀ, ਹਰੀ ਕ੍ਰਾਂਤੀ ਆਈ ਲੁਧਿਆਣਾ ਯੂਨੀਵਰਸਿਟੀ ਦਾ, ਉਦੋਂ ਕੁਝ ਹੋਇਆ ਪੰਜਾਬੀਆਂ ਦੇ ਲੋਕਾਂ ਦੇ ਆਰਥਿਕਤਾ ਦੀ ਥੋੜ੍ਹੀ ਜਿਹੀ ਸੁਧਾਰ, ਐਜੂਕੇਸ਼ਨ ਵਾਲੇ ਬੰਨੇ ਧਿਆਨ ਦੇ ਦਿੱਤਾ ਉਹਨਾਂ ਨੇ, ਐਜੂਕੇਸ਼ਨ ਵੱਲ ਥੋੜ੍ਹੀ ਇੰਡਸਟਰੀ ਵੀ ਡਿਵੈਲਪ ਕੀਤੀ, ਇੰਡਸਟਰੀ ਡਿਵੈਲਪ ਛੋਟੀ ਕੀਤੀ, ਇੰਡਸਟਰੀ ਡਿਵੈਲਪ ਕੀਤੀ, ਕੋਟਾ ਸਿਸਟਮ ਸੀ ਉਹ 'ਚੋਂ ਲੋਕਾਂ ਨੇ ਬੜੇ ਪੈਸੇ ਕਮਾਏ। ਓਕੇ, ਲੇਕਿਨ ਉਹ ਨਾਲ ਨਾਲ ਹੀ ਸਿਆਸਤ ਨਿਗਰਦੀ ਗਈ, ਜਿਹੜੀ ਲੀਡਰਸ਼ਿਪ ਜਿਹੜੀ ਜਿਹੜੀ ਲੋਕਾਂ ਦੀ ਨਾਲ ਅਟੈਚਮੈਂਟ, ਲੋਕਾਂ ਦੇ ਵਿੱਚੋਂ ਉਭਰੇ ਲੋਕ ਸਨ ਜਿਹੜੇ, ਉਹ ਖਤਮ ਹੁੰਦੇ ਗਏ, ਅਤੇ ਜਿਹੜੇ ਪੈਸੇ ਵਾਲੀ ਲੋਬੀ ਜਿਹੜੀ ਸੀ ਨਾ ਉਹ ਤਾਂ ਵਧਦੀ ਗਈ। ਮਤਲਬ ਜਿਹਨੂੰ ਆਪਾਂ ਸਿੱਧਾ ਕਹਿ ਦਈਏ ਕਿ ਜਿਸ ਤਰ੍ਹਾਂ ਦੋ ਪਾਰਟੀਆਂ ਨੇ ਆਪਣੀਆਂ ਆਪਣੀਆਂ ਹਾਂਡੀਆਂ ਚੜ੍ਹਾਤੀਆਂ, ਮਤਲਬ ਕਿ ਆਪਣੀ ਆਪਣੀ ਪਕਾਉਣ ਵਾਸਤੇ ਕਰ ਲਿਆ ਕਿ ਲੋਕਾਂ ਦੀ ਵਰਤੋਂ ਇਹਨਾਂ ਨੂੰ ਤੇ ਰੋਟੀ ਆਪਣੀ ਆਪਣੀ ਬਣਾਓ। ਉਹ ਫਿਰ ਆ ਗਈ ਐਮਰਜੈਂਸੀ, ਹਾਂਜੀ ਐਮਰਜੈਂਸੀ, ਜੇ ਅਕਾਲੀ ਪਾਰਟੀ ਦਾ ਚੰਗਾ ਰੋਲ ਸੀ ਖਿਲਾਫ ਇੰਦਰਾ ਗਾਂਧੀ ਦੇ, ਇਹਨਾਂ ਨੇ ਮੋਰਚਾ ਲਾਇਆ, ਹਾਂਜੀ ਫਿਰ ਸੰਤ ਲੌਂਗੋਵਾਲ ਆ ਗਏ, ਫਤਿਹ ਸਿੰਘ ਰਾਣੂ, ਸੰਤ ਚਰਨ ਸਿੰਘ ਨੂੰ ਥੱਲੇ ਖਤਮ ਕੀਤਾ, ਤੇ ਫਿਰ ਆ ਗਏ ਤੁਹਾਡੇ ਸੰਤ ਲੌਂਗੋਵਾਲ ਸਾਹਿਬ। ਇੱਕ ਕਾਲ ਆ ਰਹੀ, ਆਪਾਂ ਕਾਲ ਲੈ ਲਈਏ ਪਹਿਲਾਂ। ਹੈਲੋ, ਰੋਟੀ ਆਪਣੀ ਆਪਣੀ ਬਣਾਓ। ਹੈਲੋ, ਹੈਲੋ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ, ਜਿਹੜਾ ਅੱਜ ਦਾ ਤੁਹਾਡਾ ਮੁੱਦਾ ਬਹੁਤ ਹੀ ਵਧੀਆ, ਵੈਸੇ ਤਾਂ ਪੰਜਾਬ ਦਾ ਜਿਹੜਾ ਕਿ ਹੋਣਾ ਚਾਹੀਦਾ। ਹਾਂਜੀ, ਤੇ ਪਹਿਲਾਂ ਜੀ ਜਿਹੜੇ ਤੁਹਾਡੇ ਗੈਸਟ ਆਏ ਉਹਨਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹਾਂਜੀ, ਜਿੱਦਾਂ ਤੁਸੀਂ ਕਹਿੰਦੇ ਆ ਇੰਡੀਆ ਤੋਂ ਆਏ ਹੋਣੇ, ਤੇ ਉੱਥੇ ਦਾ ਜਿਹੜਾ ਕਿ ਹੁਣ ਮੈਂ ਇੱਕ ਪਰਸਨਲੀ ਪੁੱਛਣਾ ਚਾਹੁੰਦਾ ਕਿ ਜਿਹੜਾ ਕਿ ਆਮ ਆਦਮੀ ਪਾਰਟੀ ਇੱਕ ਪਾਰਟੀ ਖੜੀ ਹੋਈ ਸੀ, ਉਹਦਾ ਵਜੂਦ ਕੀ ਹੈ ਤੇ ਉਹਦਾ ਫਿਊਚਰ ਕੀ ਹੈ, ਤੇ ਪਲੱਸ ਉਹਦਾ ਜਿਹੜਾ ਖਹਿਰਾ ਸਾਹਿਬ ਆ, ਤੇ ਉਹਨਾਂ ਦੇ ਵਿੱਚ ਕੀ ਕੁਆਲਿਟੀ ਆ? ਇੱਕ ਸਪੋਕਸ ਪਰਸਨ ਉਹ ਵਧੀਆ ਹੈਗੇ ਆ, ਆਮ ਪਾਰਟੀ ਦੇ ਸੀਗੇ, ਬਟ ਹੁਣ ਉਹਨਾਂ ਦਾ ਫਿਊਚਰ ਕੀ ਹੋਊਗਾ? ਤੁਹਾਡਾ ਕੁਐਸਚਨ ਬਹੁਤ ਵਧੀਆ ਭਾਜੀ, ਅਤੇ ਤੁਸੀਂ ਇਹਨੂੰ ਕੰਟੀਨਿਊ ਦੇਖਦੇ ਰਹੋ, ਅਸੀਂ ਉੱਥੇ ਪਹੁੰਚ ਰਹੇ ਹਾਂ। ਕਿਉਂਕਿ ਇੱਕ ਜਿਹੜਾ ਕਿਸੇ ਮੁੱਦੇ 'ਤੇ ਆਣ ਕੇ ਐਕਸਪਲੇਨ ਕਰਨਾ, ਦੱਸਣਾ, ਸਭ ਤੋਂ ਪਹਿਲਾਂ ਉਹਦਾ ਇੱਕ ਥੋੜ੍ਹਾ ਬੈਕਗ੍ਰਾਉਂਡ ਦੱਸਣਾ ਪੈਂਦਾ ਹੈ। ਅਤੇ ਆਵਾਂਗਾ ਜੀ ਉਸੇ ਪੁਆਇੰਟ 'ਤੇ ਆਵਾਂਗਾ, ਤੁਹਾਨੂੰ ਬੜਾ ਕੱਟੀ ਗਈ ਆ, ਅਤੇ ਅਸੀਂ ਦੱਸਣਾ ਚਾਹਾਂਗੇ ਭਾਜੀ ਨੂੰ, ਅਸੀਂ ਹੌਲੀ ਹੌਲੀ ਉਸੇ ਮੁੱਦੇ 'ਤੇ ਆ ਰਹੇ ਹਾਂ, ਬਟ ਇੱਕ ਬੈਕਗ੍ਰਾਉਂਡ ਦੱਸਣਾ ਪੈਂਦਾ ਕਿ ਜਿਹੜੀ ਸਿਰਜਣਾ ਹੋਈ ਆਮ ਆਦਮੀ ਪਾਰਟੀ ਦੀ, ਇਹ ਕਾਹਦੇ ਕਰਕੇ ਹੋਈ, ਕੀ ਕਾਰਨ ਬਣੇ ਕਿ ਇੱਕ ਆਮ ਆਦਮੀ ਪਾਰਟੀ ਹੋਂਦ 'ਚ ਆਉਣੀ ਪਈ, ਕਿ ਆਮ ਆਦਮੀ ਨੂੰ ਇੱਕ ਪੋਲਿਟਿਕਸ 'ਚ ਆਉਣਾ ਪਿਆ, ਕੀ ਸਰਕਾਰਾਂ ਕੰਮ ਨਹੀਂ ਸੀ ਕਰ ਰਹੀਆਂ? ਹਾਂ, ਉਹਦਾ ਕਾਰਨ ਫਿਰ ਉਹ ਕੀ ਹੈ,
ਐਮਰਜੈਂਸੀ ਤੋਂ ਬਾਅਦ ਹਾਂਜੀ ਸਰਕਾਰ ਇੱਕ ਹਨੇਰੀ ਜੀ ਆਈ ਸਿਆਸੀ ਤੌਰ ਤੇ, ਕਿਉਂਕਿ ਲੋਕਾਂ ਦੇ ਜਿਹੜੇ ਮਨੁੱਖੀ ਅਧਿਕਾਰ ਸਨ, ਲੋਕਾਂ ਦੇ ਫੰਡਾਮੈਂਟਲ ਰਾਈਟ ਸੀ ਖੋਲੇ, ਹਾਂਜੀ ਉਹਦੇ ਬੜਾ ਲੋਕਾਂ ਨੂੰ ਹੈਗਾ ਸੀ ਰੋਸ ਸੀ, ਪੰਜਾਬੀ ਖਾਸ ਕਰਕੇ ਪੰਜਾਬੀਆਂ ਜੋ ਕਿ ਮੂਵਮੈਂਟ ਸੀ ਉਹ ਚੱਲੀ ਐਮਰਜੈਂਸੀ ਖਿਲਾਫ਼, ਉਹ ਪ੍ਰਕਾਸ਼ ਸਿੰਘ ਬਾਦਲ ਲੌਂਗੋਵਾਲ ਵਗੈਰਾ ਸਾਰੇ, ਉਹ ਸਾਹ ਪ੍ਰਤਾਪ ਸਿੰਘ ਆਪਣਾ ਪ੍ਰਕਾਸ਼ ਸਿੰਘ ਬਾਦਲ ਉੱਭਰ ਕੇ ਆਇਆ ਲੀਡਰ, ਹਾਂਜੀ ਉਦੋਂ ਫਿਰ ਮੁੱਖ ਮੰਤਰੀ ਬਣੇ, ਮੁੱਖ ਮੰਤਰੀ ਬਣੇ, 2 ਸਾਲ ਰਹੇ, ਫਿਰ ਇੰਦਰਾ ਗਾਂਧੀ ਜੀ ਫਿਰ 1980 ਜਾ ਕੇ, ਹਾਂਜੀ 1980 ਜਾ ਕੇ ਅਤੇ ਸਰਕਾਰਾਂ ਤੋੜਤੀਆਂ, ਫਿਰ ਪੰਜਾਬ ਦਾ ਬੜਾ ਵੱਡਾ ਇੱਕ ਕਾਲੇ ਦਿਨ ਸ਼ੁਰੂ ਹੋਏ, ਮਤਲਬ ਇੱਕ ਪੰਜਾਬ ਨੇ ਤਾਂ ਪਹਿਲਾਂ ਮੈਂ ਅਰਜ ਕੀਤੀ ਇਸ ਤਰ੍ਹਾਂ ਪੰਜਾਬ ਨੇ ਸੁੱਖ ਨਹੀਂ ਲਿਆ, ਸੁੱਖ ਨਹੀਂ ਲਿਆ ਲੋਕਾਂ, ਪਹਿਲਾਂ ਪਾਕਿਸਤਾਨ ਮਤਲਬ ਸੰਤਾਪ ਪਹਿਲੇ ਦਿਨ ਤੋਂ ਹੀ ਭੋਗ ਗਿਆ, ਬਲਦਾ ਫਿਰ ਆ ਗਿਆ, ਇਹਨੂੰ ਅੱਤਵਾਦ ਕਹਿ ਲਓ, ਇਹਨੂੰ ਖੜਕੂਵਾਦ ਕਹਿ ਲਓ, ਇਹਨੂੰ ਕੁਛ ਵੀ ਕੋਈ ਵੀ ਸ਼ਬਦਾਂ ਦਾ ਮੇਲਜੋਲ ਕਹਿ ਸਕਦੇ ਜੀ, ਲੇਕਿਨ ਪੰਜਾਬੀਆਂ ਦਾ ਸਮੁੱਚੇ ਤੌਰ 'ਤੇ ਪੰਜਾਬੀਆਂ ਦਾ ਬਹੁਤ ਜ਼ਿਆਦਾ ਬਹੁਤ ਨੁਕਸਾਨ ਹੋਇਆ, ਚਾਹੇ ਉਹ ਹਿੰਦੂ ਸੀ, ਚਾਹੇ ਉਹ ਸਿੱਖ ਸੀ, ਚਾਹੇ ਕੋਈ ਵੀ, ਜਿਹੜਾ ਪੰਜਾਬ ਨੂੰ ਪਿਆਰ ਕਰਨ ਵਾਲਾ ਲੋਕ ਸੀ ਉਹਨਾਂ ਨੂੰ ਉਹ ਗੁੱਸਾ ਇਹੋ ਹੀ ਸੀ ਕਿ ਪੰਜਾਬੀਆਂ ਨੂੰ ਉਹਨਾਂ ਦੇ ਅਧਿਕਾਰ ਨਹੀਂ ਸੀ ਮਿਲ ਰਹੇ, ਬੇਰੁਜ਼ਗਾਰੀ ਵੱਧ ਰਹੀ ਸੀ, ਨੌਜਵਾਨਾਂ ਨੂੰ ਨੌਕਰੀਆਂ ਨਹੀਂ ਸੀ ਮਿਲ ਰਹੀਆਂ, ਕਿਸਾਨ ਪੰਜਾਬ ਦੀ ਕਿਸਾਨੀ ਨਿੱਗਰ ਰਹੀ ਸੀ, ਔਰ ਦੂਜੀ ਕੋਈ ਵੀ ਜੰਗ ਹੁੰਦੀ ਸੀ, ਹਾਂਜੀ ਕੋਈ ਜੰਗ ਹੁੰਦੀ ਸੀ ਤੇ ਉਹ ਪੰਜਾਬੀ ਅੱਗੇ ਪੰਜਾਬੀ ਅੱਗੇ ਨੌਕਰੀਆਂ ਨਹੀਂ ਮਿਲਦੀਆਂ, ਜਿਹੜੀਆਂ ਲੌਬੀਆਂ ਸਨ ਪੰਜਾਬ ਦਾ ਰੁਜ਼ਗਾਰ ਬਿਜ਼ਨਸ ਸਾਰਾ ਰੇਸ਼ੇ ਵਿਗੜ ਗਏ, ਸਭ ਤੋਂ ਜ਼ਿਆਦਾ ਨੁਕਸਾਨ ਵੈਸਟ ਬੰਗਾਲ ਦਾ ਤੇ ਪੰਜਾਬ ਦਾ ਹੋਇਆ, ਵਪਾਰ ਅੰਮ੍ਰਿਤਸਰ ਵਰਗੇ ਸ਼ਹਿਰ ਜਿਹੜੇ ਵਪਾਰਕ ਸੈਂਟਰ ਸਨ ਉਹ ਖਤਮ ਹੋ ਗਏ, ਔਰ ਦੂਜੇ ਪਾਸੇ ਵਪਾਰ ਚਲਾ ਗਿਆ, ਇੰਡਸਟਰੀ ਦੂਜੇ ਪਾਸੇ ਤੁਰੀ ਜਾਂਦੀ ਸੀ, ਹਰਿਆਣੇ ਚਲੇ ਗਈ, ਉਹੀ ਉਹੀ ਚੀਜ਼ ਚੱਲਦੇ ਚੱਲਦੇ ਉਹ ਇਹਨਾਂ ਲੌਬੀਆਂ ਨੇ ਇਹਨਾਂ ਏਜੰਸੀਆਂ ਨੇ ਉਹ ਪੰਜਾਬ ਦੇ ਹਾਲਾਤਾਂ ਦਾ ਇਹੋ ਜਿਹਾ ਸੱਤਿਆਨਾਸ਼ ਕੀਤਾ ਕਿ ਪੰਜਾਬ ਦੇ ਨੌਜਵਾਨੀ ਦਾ ਘਾਣ ਵੀ ਹੋਇਆ, ਹਾਂਜੀ ਅਤੇ ਪੰਜਾਬ ਦੇ ਨੌਜਵਾਨ ਮਰੇ ਵੀ ਬੜੇ ਅਤੇ ਜਾਇਜ਼ ਮਰੇ ਨਜਾਇਜ਼ ਮਰੇ, ਏਜੰਸੀਆਂ ਨੇ ਕੰਮ, ਔਰ ਉਸ ਚੀਜ਼ 'ਤੇ ਏਜੰਸੀਆਂ ਨੇ ਕੰਮ ਕਰਕੇ ਨਜਾਇਜ਼ ਵੀ ਮਰੇ, ਕਈਆਂ ਨੇ ਪ੍ਰਮੋਸ਼ਨਾਂ ਲਈਆਂ, ਪ੍ਰਮੋਸ਼ਨਾਂ ਮਤਲਬ ਲੋਕਾਂ ਨੂੰ ਆਪ ਉਧਰੀ ਸ਼ੁਰੂ ਹੋ ਗਈ, ਆਪ ਉਧਰੀ ਸ਼ੁਰੂ ਹੋ ਗਈ, ਪੈਸਾ ਬੰਦੇ ਨਜਾਇਜ਼ ਕਤਲੋਗਾਰਤ ਸ਼ੁਰੂ ਹੋ ਗਈ, 84 ਆ ਗਈ, 84 ਪੰਜਾਬੀਆਂ ਨਾਲ ਬੜਾ ਧੱਕਾ ਆਇਆ ਦਿੱਲੀ ਦੇ ਵਿੱਚ, ਉਹ ਸਾਰਾ ਲੋਕਾਂ ਦਾ ਗੁੱਸਾ ਕਰ ਕਰਾਉਂਦਿਆਂ ਫਿਰ ਸਰਕਾਰਾਂ ਬਣ ਗਈਆਂ, ਬਣ ਗਿਆ ਬਿਪਿਨ ਸਿੰਘ ਆ ਗਿਆ, ਉਹਦੇ ਵੀ ਲੋਕਾਂ ਦੇ ਨਜਾਇਜ਼ ਜੋ ਵੀ ਸੀ, ਉਸ ਤੋਂ ਬਾਅਦ ਡਿਵੈਲਪਮੈਂਟ ਜਿਹੜੀ ਪੰਜਾਬ ਦੀ ਰੋਕੀ, ਤੇ ਉਹਦੇ 'ਚ ਖੇਤੀਬਾੜੀ ਵੀ ਥਾਂ ਥਾਂ ਸ਼ੁਰੂ ਹੋ ਗਈ, ਜਿਹੜੇ ਲੀਡਰ ਬਣਨੇ ਸ਼ੁਰੂ ਹੋ ਗਏ ਉਹ ਪੈਸਾ ਆ ਗਿਆ, ਪੈਸਾ ਨਾਲ ਸ਼ਰਾਬਾਂ ਪਿੰਡਾਂ 'ਚ ਵੋਟ ਦੇਣੀਆਂ ਸ਼ੁਰੂ ਕਰਤੀਆਂ, ਮਤਲਬ ਕਿ ਜਿਹੜੀ ਗੌਰਮੈਂਟ ਆ ਗਈ ਆ ਉਹ ਪੈਸੇ ਦੀ ਗੌਰਮੈਂਟ ਆ ਗਈ ਆ, ਕਿ ਗੌਰਮੈਂਟ ਚਾਹੁਣਾ ਤੇ ਪੈਸਾ ਕਮਾਉਣਾ, ਬਸ ਇੱਕੋ ਕੰਮ ਰਹਿ ਗਿਆ, ਉਹਦਾ ਸਾਡੇ ਧੀਰੇ ਧੀਰੇ ਨਿਕਲਿਆ, ਤੇ ਕਰਦੇ ਕਰਾਉਂਦੇ ਨਵੀਂ ਲੀਡਰਸ਼ਿਪ, ਨਵੇਂ ਨਵੇਂ ਨੌਜਵਾਨਾਂ ਦੀਆਂ ਲੀਡਰਸ਼ਿਪ ਡਿਵੈਲਪ ਹੋਣੀ ਸ਼ੁਰੂ ਹੋਈ, ਹਾਂਜੀ, ਲੇਕਿਨ ਸਭ ਤੋਂ ਵੱਡੀ ਜਿਹੜੀ ਬਦਕਿਸਮਤੀ ਹੈ ਵੀ ਜਿਹੜੀ ਲੀਡਰਸ਼ਿਪ ਆਈ ਵੀ ਨੌਜਵਾਨਾਂ ਦੀ, ਨੌਜਵਾਨ ਨਿਕਲੇ ਵੀ ਚੰਗੇ, ਜਿਸ ਤਰ੍ਹਾਂ ਜਗਮੀਤ ਸਿੰਘ ਬਰਾੜ ਸੀ, ਹਾਂਜੀ ਪੰਜਾਬ 'ਚ ਆਵਾਜ਼ੇ ਪੰਜਾਬ ਦਾ ਉਹਨੂੰ ਲੋਕਾਂ ਨੇ ਦਿੱਤਾ, ਕਾਂਗਰਸ ਚਲਾ ਗਿਆ ਕਿਉਂਕਿ ਆਊਟਸਪੋਕਨ ਸੀ, ਵੀਰ ਦਵਿੰਦਰ ਸਿੰਘ ਸੀ, ਇਹ ਪੀੜ੍ਹੀ ਜਿਹੜੀ ਨੌਜਵਾਨ ਚੰਗੇ ਬੁਲਾ ਰਹੇ ਸਨ, ਪੰਜਾਬ ਦੇ ਹੱਕਾਂ ਬਾਰੇ ਬੋਲਦੇ ਵੀ ਸਨ, ਲੇਕਿਨ ਜਿਹੜੀਆਂ ਲੌਬੀਆਂ ਸੀ ਉਹ ਬਰਦਾਸ਼ਤ ਨਹੀਂ ਸੀ ਕਰਦੀਆਂ। ਅੱਛਾ, ਇੱਥੇ ਕੁਸ਼ਚਨ ਆ ਮੇਰਾ ਕਿ ਜਿਹੜੀ ਆਪਣੀ ਪੋਲੀਟਿਕਸ ਆ, ਇਸ ਤਰ੍ਹਾਂ ਆਪਾਂ ਪੰਜਾਬ 'ਚ ਜ਼ਿਆਦਾ ਕਰੀਏ ਕਿ ਆਪਾਂ ਕਾਂਗਰਸ ਅਤੇ ਅਕਾਲੀ ਸੀਗੇ ਉਸ ਟਾਈਮ 'ਤੇ, ਇਹਨਾਂ ਵਿੱਚ ਸ਼ੁਰੂ ਤੋਂ ਹੀ ਸੀਗਾ ਕਿ ਮਤਲਬ ਕਾਂਗਰਸ ਦਾ ਬੰਦਾ ਉੱਧਰ ਚਲਾ ਗਿਆ, ਬੰਦੇ ਪੱਟਣੇ ਆ, ਜਿਹੜਾ ਥੋੜ੍ਹੀ ਪਬਲਿਸਿਟੀ ਹੋਈ ਉਹਨੂੰ ਪੱਟ ਦਿਓ ਜਾਂ ਉਹਦੀ ਜੜ੍ਹਾਂ ਖਤਮ ਕਰ ਦਿਓ, ਇਹ ਮਤਲਬ ਕੀ ਚੱਕਰ ਆ, ਕੀ ਸਾਬਤ ਕਰਨਾ ਚਾਹੁੰਦੇ ਕਿ ਅਸੀਂ ਸੂਬੇ ਦੀ ਡਿਵੈਲਪਮੈਂਟ ਕਰ ਰਹੇ ਹਾਂ ਕਿ ਜਿਹੜਾ ਬੰਦਾ ਉੱਭਰ ਰਿਹਾ ਉਹਨੂੰ ਖਤਮ ਕਰੋ ਤੇ ਆਪ ਖਾਓ। ਕੰਮ ਸੀ ਇਹ ਪਾਵਰ ਪੋਲਿਟਿਕਸ ਸ਼ੁਰੂ ਹੋ ਗਈ। ਓਕੇ, ਪਾਵਰ ਪੋਲਿਟਿਕਸ ਵਿੱਚ ਕੀ ਹੈ ਵੀ ਕੋਈ ਵਿਚਾਰਧਾਰਾ ਦੀ ਲੜਾਈ ਤੇ ਕੋਈ ਹੈ ਨਹੀਂ ਸੀ, ਨਾ ਕੋਈ ਆਈਡੀਆਲੋਜੀ ਦੀ ਲੜਾਈ ਸੀ, ਤਾਕਤ ਦੀ ਤਾਕਤ ਕਿੱਦਾਂ ਲੈਣੀ ਹੈ। ਅੱਛਾ, ਸਾਰਿਆਂ ਦੇ ਲੋਕਾਂ ਲੀਡਰਾਂ ਦੇ ਬੱਚੇ ਆ ਗਏ ਪੋਲਿਟਿਕਸ ਵਿੱਚ, ਆਮ ਲੋਕ ਜਿਹੜੇ ਆਮ ਸੋਸ਼ਲ ਵਰਕਰ ਸਨ ਜਾਂ ਜਿਹੜੇ ਪੋਲਿਟਿਕਸ 'ਚ ਕੰਮ ਕਰਦੇ ਸੀ ਉਹ ਸਿਰਫ ਪਾਰਟੀਆਂ ਦੀ ਚਿਮਚਾਗਿਰੀ ਕਹਿ ਲਓ, ਲੀਡਰਾਂ ਦੀ ਵੱਡਿਆਂ ਦੀ, ਉਹਨਾਂ ਦੇ ਜੁਗੇ ਰਹਿ ਗਏ ਤੇ ਜਿਹੜੀਆਂ ਜੋ ਤਾਕਤ ਆਉਣੀ ਸੀ ਉਹ ਆਪਣੇ ਮੁੰਡੇ ਗਾਂ ਲੈਂਦੇ ਉਹਨਾਂ ਮੁੰਡੇ ਗਾਂ, ਚਾਹੇ ਕਾਂਗਰਸ ਹੀ ਸੀ, ਚਾਹੇ ਉਹ ਅਕਾਲੀ ਸਨ, ਚਾਹੇ ਉਹ ਕੋਈ ਵੀ ਸੀ, ਕਾਂਗਰਸ ਪਾਰਟੀ ਸੀ ਥੋੜ੍ਹੀ ਬਹੁਤੀ ਉਹ ਖਤਮ ਹੋ ਗਈ, ਖਤਮ ਹੋ ਗਈ, ਮਤਲਬ ਆਮ ਬੰਦਾ ਫਿਰ ਪੋਲੀਟਿਕਸ 'ਚ ਆਉਣ ਤੋਂ ਡਰਨ ਲੱਗ ਪਿਆ, ਡਰਨ ਲੱਗ ਪਿਆ ਵੀ ਪੈਸੇ ਦੀ ਗੇਮ ਹੋ ਗਈ, ਪੈਸਾ ਇੱਕ ਪਾਸੇ ਰੋਟੀ ਟੱਬਰ ਪਾਲਣਾ, ਸਮਾਜ ਸੇਵਾ ਤਾਂ ਰਹਿ ਨਾ ਗਈ, ਇੱਕ ਪਾਸੇ ਸੇਵਾ ਕਰਨੀ ਹੈ, ਉਹ ਸਿਆਸਤ ਜਿਹੜੀ ਅਸਲੀ ਲੋਕਾਂ ਦੀ ਸਿਆਸਤ ਸੀ ਉਹ ਖਤਮ ਹੋ ਗਈ, ਖਤਮ ਹੋ ਗਈ, ਤਾਕਤ ਦੀ ਸਿਆਸਤ ਸ਼ੁਰੂ ਹੋ ਗਈ, ਮਤਲਬ ਤਾਕਤ ਦੀ ਸਿਆਸਤ ਜਿਸ ਤਰ੍ਹਾਂ ਹੁਣ ਅਕਾਲੀ ਆ ਗਏ, ਕਾਂਗਰਸ ਆ ਗਏ, ਇਹਨਾਂ ਦੇ ਫਿਰ ਵਾਰੀ ਵੱਟਾ ਸ਼ੁਰੂ ਕਰ ਰਹੇ ਨੇ, ਇੱਕ ਵਾਰੀ ਤੁਸੀਂ ਆ ਜਾਓ, ਇੱਕ ਵਾਰੀ ਅਸੀਂ ਆ ਜਾਈਏ, ਲੋਕਾਂ ਨੂੰ ਉਹਨਾਂ ਨੇ ਮੁੱਦੇ ਆਧਾਰ ਤੇ ਲੋਕੀ ਉਹਨਾਂ ਵੋਟਾਂ ਪਾ ਦਿੰਦੇ, ਦੂਜੇ ਕਦੀ ਅਕਾਲੀਆਂ ਪਾ ਦਿੰਦੇ, ਕਦੀ ਬੀਜੇਪੀ ਨੂੰ ਪਾ ਦਿੰਦੇ, ਕਦੀ ਕਿਸੇ ਨੂੰ, ਇਹਦਾ
ਸੋਸ਼ਲ ਇੰਜੀਨੀਅਰਿੰਗ ਇੱਕ ਇਹਨਾਂ ਬਣਾ ਕੇ ਸਾਰਿਆਂ ਨੇ, ਇੱਕ ਦੂਜੇ ਨੂੰ ਤੂੰ ਗਾਲਾਂ ਮੈਨੂੰ ਕੱਢੀ, ਮੈਂ ਕਾਮਯਾਬ ਹੂੰ, ਚਾਰ ਗਾਲਾਂ ਮੈਂ ਤੈਨੂੰ ਕੱਢੂੰਗਾ, ਤੂੰ ਪਹਿਲਾਂ ਬੰਦਾ ਰਵੀ, ਇਸ ਤੋਂ ਤੀਜੇ ਬੰਦੇ ਨੂੰ ਇਹਨਾਂ ਨੇ ਪੋਲਿਟਿਕਸ ਵਿੱਚ ਨਹੀਂ ਹੋਣ ਦਿੱਤਾ, ਐਂਟਰ ਨਹੀਂ ਹੋਣ ਦਿੱਤਾ, ਜਿਹੜੀਆਂ ਛੋਟੀਆਂ ਛੋਟੀਆਂ ਜਿਹੜੀਆਂ ਪਾਰਟੀਆਂ ਆਉਂਦੀਆਂ ਸੀ ਚਲੇ ਜਾਂਦੀਆਂ ਸੀ, ਸਿਮਰਨਜੀਤ ਸਿੰਘ ਮਾਨ ਵਗੈਰਾ ਜੇ ਤੇ ਉਹਨਾਂ ਦੀ ਆਪਣੀ ਆਈਡੀਓਲੋਜੀ ਸੀ, ਹਾਂਜੀ ਉਹ ਆਉਂਦੇ ਰਹੇ, ਲੇਕਿਨ ਉਹ ਲੋਕਾਂ ਦੇ ਵਿੱਚ ਪੈਸੇ ਦੇ ਨਹੀਂ ਆਪਣੇ ਵਿਚਰ ਸਕੇ, ਹਾਂਜੀ ਤੇ ਫਿਰ ਹੌਲੀ ਹੌਲੀ ਇਹ ਵਿਚਾਰੇ ਜਗਮੀਤ ਬਰਾੜ ਵਰਗਾ ਵੀ ਦਵਿੰਦਰ ਸਿੰਘ ਵਰਗੇ ਹੋਰ ਵੀ ਤਿੰਨ ਚਾਰ ਲੀਡਰ ਮੁੰਡੇ ਨਵੇਂ ਪੈਦਾ ਹੋਏ, ਹਾਂਜੀ ਉਹ 2007-08 ਤੱਕ ਤੋਂ ਗੱਲ ਬਣੀ ਨਹੀਂ, ਤਾਕਤਾਂ ਦਿੱਤੀਆਂ ਲੇਕਿਨ ਪਾਰਟੀਆਂ ਦੇ ਅਸਲੀ ਉਹਨਾਂ ਦਾ ਫਾਇਦਾ ਨਹੀਂ ਲੈ ਸਕੇ, ਉਹਦਾ ਫਾਇਦਾ ਹੋਇਆ ਵੀ ਇਹਨਾਂ ਲੀਡਰਾਂ ਨੇ ਮੁੱਖ ਮੰਤਰੀ ਦਾ ਅਕਾਲੀ ਦਲ ਹੈ ਬਸ ਪ੍ਰਕਾਸ਼ ਸਿੰਘ, ਬਸ ਉਹੀ ਉਹਨਾਂ ਨੇ ਆਪਣੇ ਬੱਚੇ ਗਾਂ ਪ੍ਰੋਜੈਕਟ ਕਰਤੇ, ਹਾਂਜੀ ਪੈਸੇ ਦਾ ਆ ਗਿਆ ਨਵਾਂ ਇੱਕ ਨਵੀਂ ਡਿਵੈਲਪਮੈਂਟ ਸ਼ੁਰੂ ਹੋਈ, ਇਕਨੋਮਿਕਸ ਓਪਨ ਇਕਨੋਮੀ ਆ, ਓਪਨ ਇਕਨੋਮੀ ਆ, ਉਹਦੇ ਵਿੱਚ ਪੈਸਾ ਮਗਰ ਕਿਤੇ ਨਾ ਕਿਤੇ ਇਹਨਾਂ ਦਾ ਜਿਸ ਤਰ੍ਹਾਂ ਅਕਾਲੀ ਪਾਰਟੀ ਦੇ ਵਿੱਚ ਉਹਨਾਂ ਨੇ ਜਿਸ ਤਰ੍ਹਾਂ ਸੁਖਬੀਰ ਬਾਦਲ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ, ਨਾ ਉਹਨਾਂ ਨੇ ਆਪਣੇ ਭਤੀਜੇ ਉਹਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਦੂਸਰੇ ਬਾਦਲ ਨੂੰ, ਉਸ ਤਰ੍ਹਾਂ ਉਧਰੋਂ ਪੀਪੀ ਪਾਰਟੀ ਕਰਕੇ ਉਹ ਅੱਗੇ ਆਇਆ, ਸੱਤਾ ਦੀ ਇਹ ਲੋਕਾਂ ਦੀ ਲੜਾਈ ਤਾਂ ਹੈ ਨਹੀਂ, ਲੋਕਾਂ ਦੀ ਪੋਲਿਟਿਕਸ ਕੁਰਸੀ ਦੀ ਲੜਾਈ, ਕੁਰਸੀ ਲੜਾਈ ਸੀ, ਤਾਕਤ ਦੀ ਲੜਾਈ ਹੈ, ਕਿੱਦਾਂ ਤਾਕਤ ਆਪਣੇ ਕੋਲ ਰੱਖਣੀ ਹੈ, ਉਹਦੇ ਵਿੱਚ ਭਾਵੇਂ ਭਰਾ ਹੋਵੇ ਤੇ ਭਾਵੇਂ ਭਤੀਜਾ ਹੋਵੇ ਤੇ ਭਾਵੇਂ ਭਣੇਵਾ ਹੋਵੇ, ਉਹ ਚ ਲਿਆ ਹੀ ਨਹੀਂ ਕਰਦੇ, ਕੁਰਸੀ ਦੀ ਬਦਲ ਉਹਨਾਂ ਆਪਣੇ ਬੱਚਿਆਂ ਨੂੰ ਕਰਨਾ ਸੀ ਪ੍ਰੋਜੈਕਟ, ਹਾਂਜੀ ਕਿਉਂਕਿ ਪੈਸੇ ਦੀ ਗੱਲ ਸੀ ਸਾਰੀ, ਪੈਸਾ ਕਿੱਦਾਂ ਕਮਾਉਣਾ, ਪੈਸਾ ਆ ਗਿਆ ਪੋਲਿਟਿਕਸ 'ਚ, ਉਹਨਾਂ ਨੇ ਆਪਣਿਆਂ ਨੂੰ ਜਿੱਦਾਂ ਟਕਸਾਲੀ ਗੱਲ ਅੱਜ ਕੱਲ੍ਹ ਚੱਲ ਰਹੇ ਆ, ਉਹਦਾ ਰਿਜ਼ਲਟ ਇਹ ਨਿਕਲਿਆ ਵੀ ਇੱਕ 2011-12-13-14 ਬਾਅਦ ਇੱਕ ਨਵੀਂ ਮੂਵਮੈਂਟ ਬੜੀ ਵਧੀਆ, ਬੜੀ ਮੀਸੀ ਨੂੰ ਆਪਾਂ ਆਪਣੇ ਹੁਣੇ ਆਇਆ ਸਵਾਲ ਆਇਆ ਡੈਲੀਗੇਟਿਵ ਵੀ ਆਮ ਪਾਰਟੀ ਆਮ ਆਦਮੀ ਪਾਰਟੀ ਉੱਚਾਈ, ਉਹਦੀ ਬੜੀ ਵੱਡੀ ਇੱਕ ਮੂਵਮੈਂਟ ਆਈ ਹਿੰਦੁਸਤਾਨ ਚੱਲੀ, ਹਾਂਜੀ ਅੰਨਾ ਹਜ਼ਾਰੇ, ਕੇਸਰੀ ਸਾਹਿਬ, ਕੇਜਰੀਵਾਲ ਸਾਹਿਬ, ਇਹਨਾਂ ਨੇ ਮੂਵਮੈਂਟ ਲਿਆਂਦੀ, ਉਹਦਾ ਉਹਦਾ ਲੋਕਾਂ ਨੂੰ ਉਮੀਦ ਸੀ ਵੀ ਇਹ ਲੋਕਾਂ ਦੀ ਮੂਵਮੈਂਟ ਆ, ਲੋਕਾਂ ਨੂੰ ਬੜੇ ਨਾਰਾਜ਼ਗੀਆਂ ਸਨ, ਕਰਪਸ਼ਨ ਸੀ ਦੇਸ਼ 'ਚ ਬੜੀ ਵੱਧ ਰਹੀ, ਇੰਡਸਟਰੀਲਾਈਜੇਸ਼ਨ ਦੇ ਵਿੱਚ ਬੜੀ ਕਰਪਸ਼ਨ ਵੱਧ ਗਈ ਸੀ, ਖੇਤੀਬਾੜੀ ਖਤਮ ਹੋ ਰਹੀ ਸੀ, ਸਾਰੇ ਬੰਨੇ ਮਤਲਬ ਇੰਡਸਟਰੀ ਘਾਣ ਜਿਹੜਾ ਹੋ ਰਿਹਾ ਸੀਗਾ, ਇੱਕ ਬੇਰੁਜ਼ਗਾਰੀ ਵੱਧ ਰਹੀ ਸੀ, ਘਾਣ ਵੱਧ, ਮਤਲਬ ਸਾਰਾ ਨਾ ਸੋਸ਼ਲ ਸਟਰਕਚਰ ਸਾਰਾ ਨਾ ਮਤਲਬ ਇੱਕ ਗਰੀਬ ਜਿਹਾ ਹੁੰਦਾ ਜਾ ਰਿਹਾ, ਮਤਲਬ ਉਹੀ ਜਿਸ ਤਰ੍ਹਾਂ ਤੁਸੀਂ ਅੱਗੇ ਜਸਟਿਸ ਜਿਹੜੇ ਗੁਰਮੀਤ ਸਿੰਘ ਜਿਹੜੇ ਤੇ ਕੁਰੇ ਗੁਰਨਾਮ ਸਿੰਘ, ਜਸਟਿਸ ਗੁਰਨਾਮ ਸਿੰਘ ਜਿਹੜਾ ਹੋਂਦ ਚ ਆਏ ਸੀ ਪਹਿਲਾਂ 64-63 ਦੇ ਲਾਗੇ, ਸੇਮ ਚੀਜ਼ ਕੇਜਰੀਵਾਲ ਵੱਲੋਂ ਵੀ ਅੰਨਾ ਹਜ਼ਾਰੇ ਵੱਲੋਂ ਮੂਵਮੈਂਟ ਇੱਕ ਸ਼ੁਰੂ ਹੋਈ, ਲੋਕਾਂ ਦੀ ਜਿਹੜੀ ਭਾਵਨਾ ਸੀ, ਲੋਕੀ ਤੜਫ ਰਹੇ ਸੀ, ਲੋਕਾਂ ਲੀਡਰਸ਼ਿਪ, ਕਿਉਂਕਿ ਸਭ ਤੋਂ ਵੱਡੀ ਹਿੰਦੁਸਤਾਨ ਨੂੰ ਇਸ ਵੇਲੇ ਜ਼ਰੂਰਤ ਆ ਸਟੇਟਸਮੈਨ ਦੀ ਆ, ਔਰ ਪੰਜਾਬ ਦੇ ਵਿੱਚ ਜ਼ਰੂਰਤ ਹੈ ਇੱਕ ਐਸੇ ਲੀਡਰ ਦੀ ਜੋ ਲੋਕਾਂ ਦੀ ਗੱਲ ਕਰ ਸਕੇ, ਲੋਕਾਂ ਦੀ ਗੱਲ ਕਰ ਸਕੇ, ਹੁਣ ਪੰਜਾਬ ਦੇ ਵਿੱਚ ਆ ਗਈ ਇਲੈਕਸ਼ਨ 2012 'ਚ ਆਇਆ, 2012 ਦੇ ਵਿੱਚ ਫਿਰ ਅਕਾਲੀ ਜਿੱਤ ਗਏ ਪੈਸੇ ਦੇ ਜ਼ੋਰ ਨਾਲ ਜੋ ਵੀ ਹੈ ਕਿ ਹਾਂਜੀ ਕਰ ਕਰਾ ਕੇ ਜਿੱਦਾਂ ਸਾਰੀਆਂ ਪਾਰਟੀਆਂ ਕਰਦੀਆਂ ਅੱਜ ਕੱਲ੍ਹ, ਜੋ ਹਾਲਾਤ ਵੱਲ ਲੋਕਾਂ ਦੇ ਲੀਡਰ ਤਾਂ ਹੈ ਨਹੀਂ, ਇਹ ਪੈਸੇ ਨਾਲ ਪੈਸੇ ਦੇ ਪ੍ਰੋਜੈਕਟ ਕਰਦੇ ਲੀਡਰ, ਉਹਨਾਂ ਲੋਕਾਂ ਨੂੰ ਵੋਟਾਂ, ਲੋਕਾਂ ਕੋਲ ਹੱਲ ਕੋਈ ਨਹੀਂ, ਨਾ ਕੋਈ ਉਹਨਾਂ ਕੋਲ ਕੋਈ ਆਲਟਰਨੇਟਿਵ ਸੀ, ਉਹਦਾ ਕੀ ਹੋਇਆ ਵੀ ਆ ਗਈ ਆਹ ਪਾਰਟੀ ਦਿੱਲੀ 'ਚ ਇਲੈਕਸ਼ਨ ਲੜੀ 13 'ਚ, ਹਾਂਜੀ ਫਿਰ ਉਹ ਜਿੱਤ ਗਏ, ਫਿਰ ਟੁੱਟ ਗਈ, ਫਿਰ ਆ ਗਏ 15 'ਚ, ਫਿਰ ਬਣ ਗਈ ਸਰਕਾਰ ਉਹਨਾਂ ਦੀ, ਮਗਰ ਕਿਤੇ ਨਾ ਕਿਤੇ ਜਿਹੜੀ ਆਮ ਆਦਮੀ ਪਾਰਟੀ ਆ, ਲੋਕਾਂ ਦਾ ਹੈਗਾ ਸੀ ਨਾ ਗੁੱਸਾ, ਹਾਂਜੀ ਉਹ ਗੁੱਸੇ 'ਚੋਂ ਪਾਰਟੀ ਨਿਕਲੀ, ਪਾਰਟੀ ਨਿਕਲੀ, ਉਹ ਕੇਡਰ ਸਭ ਤੋਂ ਵੱਡੀ ਉਹਦੀ ਦਿੱਕਤ ਇਹ ਸੀ ਵੀ ਕੇਡਰ ਆਏ ਤੇ ਹੈ ਸਾਨੂੰ ਮੁੰਡੇ ਨਵੇਂ ਨੌਜਵਾਨ ਪੜ੍ਹੇ ਲਿਖੇ, ਕੋਈ ਜਰਨਲਿਜ਼ਮ ਡਿਪਾਰਟਮੈਂਟ 'ਚੋਂ ਆਇਆ, ਕੋਈ ਕਿਤੇ ਸੋਸ਼ਲ ਵਰਕਰ 'ਚੋਂ ਆਇਆ, ਕਿਸਾਨੀਆਂ 'ਚੋਂ ਆਇਆ, ਉਹ ਆਏ ਤੇ ਬੜੇ ਚਾਅ ਨਾਲ ਲੋਕਾਂ ਨੂੰ ਹੱਥਾਂ 'ਤੇ ਚੁੱਕਿਆ ਵੀ, ਹਾਂਜੀ ਔਰ ਪੰਜਾਬ 'ਚ ਵੀ ਬੜਾ ਚੁੱਕਿਆ, ਬੜਾ ਚੁੱਕਿਆ, ਜਦੋਂ 2017 'ਚ ਆਈ ਆ ਸੱਚਾ ਸਿੰਘ ਛੋਟੇ ਕੋਲ ਵਗੈਰਾ, ਹਾਂਜੀ ਦੂਜੇ ਬਣੇ ਸਾਰੇ, ਅਤੇ ਜਿਹੜਾ ਖਹਿਰਾ ਸਾਹਿਬ ਸੀ ਪਹਿਲਾਂ ਤਾਂ ਇਹਨਾਂ ਦੀ ਇਹਦੀ ਜਿਹੜੇ ਹੁਣ ਬਣੇ ਆ ਇੱਧਰ ਕਾਂਗਰਸ 'ਚੋਂ ਉੱਧਰ ਆ ਗਏ, ਅਤੇ ਬਾਅਦ 'ਚ ਉਹਨਾਂ ਨੇ ਖਹਿਰਾ ਸਾਹਿਬ ਦੇ ਫਾਦਰ ਸਾਹਿਬ ਪਹਿਲਾਂ ਪੁਲਿਸ ਦੇ ਵਿੱਚ DSP ਹੁੰਦੀ ਸੀ, ਓਕੇ ਸੁਖਜਿੰਦਰ ਸਿੰਘ, ਉਹਨਾਂ ਦੇ ਬੇਟੇ ਸੀ, ਇਹ ਬੇਟੇ ਨੇ ਉਹ ਫਿਰ ਪੋਲੀਟਿਕਸ 'ਚ ਆ ਗਏ, ਐਜੂਕੇਸ਼ਨ ਮਿਨਿਸਟਰ ਹੈ ਪੰਜਾਬ ਦੇ ਪ੍ਰਕਾਸ਼ ਸਿੰਘ ਬਾਦਲ ਦੇ ਵੇਲੇ, ਹਾਂਜੀ ਇਹ ਛੋਟਾ ਸੀ ਉਦੋਂ ਪੜ੍ਹਿਆ ਪੁੜਿਆ ਚੰਗੇ ਸਕੂਲਾਂ 'ਚ, ਫਿਰ ਇਹ ਪੋਲੀਟਿਕਸ ਕਾਂਗਰਸ 'ਚ ਆਇਆ, ਕਾਂਗਰਸ 'ਚ ਵੀ ਇਹਨੂੰ ਦੋ ਬੰਦਿਆਂ ਨਾਲ ਟੱਕਰ ਲੈਣੀ ਪਈ, ਕਪੂਰਥਲੇ, ਹਾਂਜੀ ਇੱਕ ਗੁਰਜੀਤ ਰਾਣੇ ਨਾਲ, ਇੱਕ ਆਪਣੀ ਬੀਬੀ ਜਗੀਰ ਜਗੀਰ ਕੌਰ, ਹਾਂਜੀ ਬੀਬੀ ਜਗੀਰ ਕੌਰ ਉੱਥੇ ਲਮਾਣਾ ਵੋਟ ਬੜੀ ਹੈ, ਉਹ ਤੇ ਉਧਰੋਂ ਬੜਾ ਤਗੜਾ ਡਸਲਿਸਟ ਆ, ਮਤਲਬ ਵੱਡੇ ਥੰਮ ਸੀਗੇ, ਵੱਡੇ ਥੰਮਾਂ ਦੇ ਵਿੱਚ ਕਾਂਗਰਸ ਆ ਗਏ, ਸਭ ਤੋਂ ਵੱਡਾ ਇਹਦੇ 'ਚ ਹੈਗਾ ਸੀ ਵੀ ਇਹ ਥੋੜਾ ਜਿਹਾ ਐਰੋਗੈਂਟ ਹੈ, ਐਰੋਗੈਂਟ ਹੈ ਤੇ ਬੰਦਾ ਬੜਾ ਵਧੀਆ ਗੱਲ ਕਰਦਾ, ਸਟੇਟ ਫਾਰਵਰਡ ਹੈ, ਸਿੱਧੀ ਸ਼੍ਰੇਣੀ ਗੱਲ ਕਰਨੀ ਹੈ, ਜ਼ਿਆਦਾ ਗੋਲ ਬੋਲ ਨਹੀਂ ਕਰਨਾ, ਸਿਆਸਤ ਵਿੱਚ ਐਰੋਗੈਂਸੀ ਨਹੀਂ ਚੱਲਦੀ, ਨਹੀਂ ਚੱਲਦੀ, ਗਰਮ ਸੁਭਾਅ ਨਹੀਂ ਚੱਲਦਾ, ਹਾਂਜੀ ਇਹ ਚਲੋ ਕਾਂਗਰਸ 'ਚ ਆ ਗਿਆ, ਕਾਂਗਰਸ 'ਚ ਹੈਰਾਨ ਸਾਹਿਬ ਵੀ ਕਾਂਗਰਸ 'ਚ ਬੰਦਾ ਐਡਜਸਟ ਕਰ ਪਊਗਾ, ਜਿੱਦਾਂ ਜਗਮੀਤ ਸਿੰਘ ਬਰਾੜ ਫੇਲ ਹੋ ਗਿਆ, ਹਾਂਜੀ ਇਸੇ ਤਰ੍ਹਾਂ ਇਹ ਆ ਗਿਆ, ਇਹਦੀ ਵੀ ਗੱਲ ਬਣੀ ਨਹੀਂ, ਸੱਤਾ ਚਾਹੁੰਦੇ ਸੀ ਆਪਣੇ ਰਜਿਸਟਰ ਕਰਕੇ ਰਾਤੋਂ ਰਾਤ ਸਭ ਕੁਝ ਲੈ ਲਈਏ,
ਮਰੂ ਟਾਈਮ ਲੱਗ ਟਾਈਮ ਲੱਗਦਾ ਜਿਹੜੇ 50-50 ਸਾਲ ਤੋਂ ਲੱਗੇ ਆ ਉਹ ਕਿੱਥੇ ਟਿਕਣ ਦੇਣਗੇ ਇਹਨਾਂ ਨੂੰ ਤੇ ਜੇ ਜੇ ਘਰਾਂ ਸਾਰੇ ਮੁੰਡੇ ਆਏ ਸੀ ਹਾਂਜੀ ਫਿਰ ਚਲੋ ਇਹਨੂੰ ਮੌਕਾ ਮਿਲ ਗਿਆ ਫਿਰ ਉੱਥੇ ਨਹੀਂ ਗੱਲ ਬਣੀ ਕਾਂਗਰਸ ਪਾਰਟੀ ਆਪੋਜੀਸ਼ਨ 'ਚ ਰਹੀ ਇਹ ਵਿਖਿਆ ਵੀ ਨਹੀਂ ਗੱਲ ਬਣਦੀ ਉੱਥੇ ਵੀ ਲੀਡਰ ਕੈਪਟਨ ਅਮਰਿੰਦਰ ਸਿੰਘ ਨਾਲ ਦੂਜੇ ਦੂਜੇ ਨਾਲ ਬਣਦੀ ਨਹੀਂ ਸੀ ਹਾਂਜੀ ਇਹ ਫਿਰ ਇੱਕ ਆਮ ਪਾਰਟੀ ਆਈ ਬੜੀ ਜ਼ੋਰਾਂ ਸ਼ੋਰਾਂ ਨਾਲ ਸੁੱਚਾ ਸਿੰਘ ਛੋਟੇਪੁਰ ਕਈ ਜੱਸੀ ਜਸਰਾਜ ਪੰਜਾਬ ਦੀ ਆਪਾਂ ਗੱਲ ਕਰੀਏ ਭਗਵੰਤ ਮਾਨ ਛੋਟੇਪੁਰ ਜਸਰਾਜ ਸਾਰੇ ਆਏ ਭਗਵੰਤ ਮਾਨ ਆਇਆ ਭਗਵੰਤ ਮਾਨ ਚੰਗਾ ਆਰਟਿਸਟ ਸੀ ਚੰਗੇ ਲੋਕਾਂ ਦੀ ਗੱਲ ਕਰਦਾ ਆਪਣੇ ਡਰਾਮਿਆਂ 'ਚ ਵੀ ਆਪਣੇ ਕਹਾਣੀਆਂ 'ਚ ਵੀ ਆਪਣੇ ਸਕ੍ਰਿਪਟਸ ਵਿੱਚ ਵੀ ਲੋਕਾਂ ਦੀ ਬੁਰਾਈਆਂ ਦੀ ਪੰਜਾਬ ਦੀ ਬੁਰਾਈਆਂ ਦੀ ਗੱਲ ਕਰਦਾ ਸੀ ਉਹ ਲੋਕ ਜਾਣਦੇ ਸਨ ਅਤੇ ਉਹ ਇਲੈਕਸ਼ਨ ਵੀ ਲੜ ਪਹਿਲਾਂ ਪੀਪਲ ਪਾਰਟੀ ਹਾਂਜੀ ਉੱਧਰੋਂ ਵੀ ਲੜੇ ਆ ਫਿਰ ਇੱਧਰੋਂ ਵੀ ਐਮ ਪੀ ਬਣਿਆ ਇਹ ਖੈਰ ਇਹ ਸਾਰੇ ਗਰੁੱਪ ਆ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਉਹ ਇੱਥੇ ਆਣ ਕੇ ਮੋੜ ਪੈਂਦਾ ਇਹਦੇ 'ਚ ਜਿਹੜਾ ਭਗਵੰਤ ਮਾਨ ਆ ਜੋ ਹਾਲਾਤ ਸੀਗੇ ਜਿਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਕਿਤੇ ਨਾ ਕਿਤੇ ਭਗਵੰਤ ਮਾਨ ਨੂੰ ਵੀ ਕੁਰਸੀ ਦੀ ਖਿੱਚ ਸੀਗੀ ਕਿ ਮੈਂ ਪਾਵਰ ਦੀ ਕੁਰਸੀ ਦੀ ਖਿੱਚ ਸੀਗੀ ਕਿ ਜਿਹਦੇ ਕਰਕੇ ਇੰਨਾ ਬਾਅਦ 'ਚ ਮੈਸ ਹੋਇਆ ਜੱਸੀ ਜਸਰਾਜ ਬਾਹਰ ਗਿਆ ਗੁਰਪ੍ਰੀਤ ਕੁਦਰਤੀ ਗੱਲ ਆ ਹਾਂਜੀ ਜਿਹੜਾ ਜਿਹੜੀ ਤਾਂ ਪਹਿਲਾਂ ਮੈਂ ਮਰਜ਼ ਕੀਤੀ ਨਾ ਕਿ ਸਾਰੀ ਸਿਆਸਤ ਜਿਹੜੀ ਆ ਮੁੱਦਿਆਂ ਤੋਂ ਅੜ ਕੇ ਪਾਵਰ ਪੋਲਿਟਿਕਸ ਨਾਲ ਪਾਵਰ ਪੋਲਿਟਿਕਸ ਨਾਲ ਪਾਵਰ ਜਿੱਦਾਂ ਗ੍ਰੈਬ ਕਰਨੀ ਹੈ ਹਾਂਜੀ ਨਵੀਂ ਪਾਰਟੀ ਫਲੋਟ ਹੋ ਗਈ ਉਹਦੇ ਵਿੱਚ ਕੀ ਆ ਵੀ ਹਰ ਆਦਮੀ ਦੀ ਤਾਕਤ ਦਾ ਲੜਾਈ ਸ਼ੁਰੂ ਹੁੰਦੀ ਹੈ ਅਤੇ ਹਰ ਆਦਮੀ ਤਾਕਤ 'ਚ ਆਉਂਦਾ ਹਾਂਜੀ ਚਾਹੇ ਭਗਵੰਤ ਮਾਨ ਹੋਵੇ ਚਾਹੇ ਖਹਿਰਾ ਸਾਹਿਬ ਹੋਣ ਚਾਹੇ ਉਹ ਹੋਰ ਕੋਈ ਬੰਦਾ ਹੋਵੇ ਕੋਈ ਏ ਬੀ ਸੀ ਡੀ ਹਰ ਆਦਮੀ ਤਾਕਤ ਚਾਹੀਦੀ ਤਾਕਤ ਚਾਹੀਦੀ ਅਤੇ ਤਾਕਤ ਵਾਸਤੇ ਜਾਂ ਤਾਂ ਅਡਿਆਲੋਜੀ ਤਾਂ ਕਿਸੇ ਦੀ ਵੀ ਨਹੀਂ ਹੈਗੀ ਅਡਿਆਲੋਜੀ ਕੋਈ ਆਪਣੀ ਕੋਈ ਉਹਦੀ ਵੱਖਰੀ ਆ ਹਰ ਬੰਦੇ ਦੀ ਜਿਹੜਾ ਆਪਣਾ ਆਪਣੇ ਸੀ ਇਹਨਾਂ ਦਾ ਨਾਂ ਕੀ ਇਹਨਾਂ ਦਾ ਖਹਿਰਾ ਸਾਹਿਬ ਇਹ ਬੇਸਿਕਲੀ ਦੇ ਫਾਦਰ ਸਾਹਿਬ ਇਹਨਾਂ ਦੇ ਕੱਲ੍ਹ ਹੀ ਉਹ ਵੀ ਗਰਮ ਧੜੇ ਦੇ ਇਹਨਾਂ ਦੇ ਫਾਦਰ ਬਹੁਤ ਗਰਮ ਧੜੇ ਦੇ ਲੀਡਰ ਗਿਣੇ ਜਾਂਦੇ ਸੀ ਉਹਦੀ ਪ੍ਰਕਾਸ਼ ਸਿੰਘ ਬਾਦਲ ਨਾਲ ਬਣੀ ਨਹੀਂ ਤੋ ਅਕਸਰ ਉਹਦੇ ਉਹ ਖੂਨ ਦੇ ਵਿੱਚ ਅਸਰ ਤਾਂ ਹੁੰਦਾ ਹੀ ਹੈ ਨਾ ਬੜੇ ਅੱਛੇ ਆਦੇ ਮਗਰ ਮੇਨ ਗੱਲ ਸੀਗੀ ਕਿ ਮੇਨ ਮੁੱਦਿਆਂ ਦੀ ਪੋਲਿਟਿਕਸ ਕਰਦੇ ਮੁੱਦਿਆਂ ਦੀ ਕੋਈ ਗੱਲ ਨਹੀਂ ਸੀਗੀ ਉਹ ਫਿਰ ਸੁੱਚਾ ਦੇ ਛੋਟੇ ਪੁਰ ਇਹਨਾਂ ਦੀਆਂ ਆਪਣੀਆਂ ਕਿਉਂ ਕੇਟਰ ਚੋਂ ਨਹੀਂ ਸੀ ਆਏ ਹਾਂਜੀ ਇਹ ਆਏ ਡਿਫਰੈਂਟ ਡਿਫਰੈਂਟ ਪਾਰਟੀਆਂ ਚੋਂ ਆਏ ਚੰਗੇ ਘਰਾਂ ਚੋਂ ਆਏ ਨਾ ਇਹਨਾਂ ਦੇ ਪਹਿਲਾਂ ਆਲਰੇਡੀ ਹੈਗੇ ਸੀ ਇਕੱਠਾ ਨਾ ਉਹਨਾਂ ਦਾ ਖਿਚੜੀ ਖਿਚੜੀ ਬਣ ਗਈ ਮਤਲਬ ਇਕੱਠੇ ਹੋ ਗਏ ਇਹ ਫਿਰ ਇੱਕ ਦੂਜੇ ਨੂੰ ਲੱਗੇ ਖਿੱਚਣ ਰੱਸਾ ਕਿਹੜਾ ਕਿਹੜਾ ਡਿੱਗਦਾ ਕਿਹੜਾ ਡਿੱਗਦਾ ਉਹ ਸਭ ਤੋਂ ਪਹਿਲਾਂ ਤਾਂ ਆ ਗਈ ਸੋਚੋ ਛੋਟੇਪੁਰ ਦੀ ਹਾਂਜੀ ਕਈ ਕੁਛ ਕਰਨਾ ਚਾਹੂਗਾ ਵੀ ਛੋਟੇਪੁਰ ਨਾ ਕਦੇ ਨਿਕਲ ਜਾਵੇ ਅਤੇ ਸੋ ਕਈ ਗੱਲਾਂ ਚੀਜ਼ਾਂ ਦੀਆਂ ਪੋਲਿਟਿਕਸ ਵਿੱਚ ਔਰ ਕਿਤੇ ਨਾ ਕਿਤੇ ਜਿਹੜੀ ਆ ਇਹਨਾਂ ਦਾ ਸਾਰਾ ਜਿਹੜੀ ਖਿਚੜੀ ਬਣੀ ਆ ਕਿ ਇਹਨਾਂ ਦੀ ਆਪੋ 'ਚ ਨਹੀਂ ਬਣੀ ਇਹਦਾ ਫਾਇਦਾ ਦੂਸਰੀਆਂ ਪਾਰਟੀਆਂ ਨੂੰ ਹੋਇਆ ਔਰ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਮਿਸਟਰ ਕੇਜਰੀਵਾਲ ਸੀਗੇ ਉਹਨਾਂ ਦੀ ਇਨਵੋਲਵਮੈਂਟ ਦੀ ਕਮੀ ਸੀਗੀ ਕਿ ਉਹਨਾਂ ਨੂੰ ਇਨਵੋਲਵ ਹੋਣਾ ਚਾਹੀਦਾ ਸੀਗਾ ਜਾਂ ਪੰਜਾਬ ਨੂੰ ਇੱਕ ਸੈਪਰੇਟ ਰੱਖ ਦਿੰਦੇ ਇਸ ਤਰ੍ਹਾਂ ਕਿਤੇ ਨਾ ਕਿਤੇ ਦੇਖੋ ਜਿਹੜੀ ਕੇਜਰੀਵਾਲ ਦੀ ਮੈਂ ਉਹਦਾ ਜ਼ਿਆਦਾ ਅਪਾਸ਼ਕ ਨਹੀਂ ਹੈਗਾ ਜਿਹੜੀਆਂ ਨੈਸ਼ਨਲ ਪਾਰਟੀਆਂ ਬਣਦੀਆਂ ਨੇ ਉਹਨਾਂ ਦਾ ਆਪਣਾ ਰੂਲ ਹੈ ਰੈਗੂਲੇਸ਼ਨ ਹੁੰਦਾ ਉਹਨਾਂ ਸਾਰੇ ਦੇਸ਼ ਦੇ ਬਾਰੇ ਸਾਰੇ ਦੇਸ਼ ਦੇ ਟਰੱਸਟ ਨੂੰ ਦੇਖਣਾ ਹੁੰਦਾ ਹਰ ਸਟੇਟ ਦੇ ਟਰੱਸਟ ਨੂੰ ਦੇਖਣਾ ਹੁੰਦਾ ਇਹ ਫਰਕ ਹੈ ਰੀਜਨਲ ਪਾਰਟੀਆਂ ਦੀ ਸੋਚ ਦਾ ਅਤੇ ਨੈਸ਼ਨਲ ਪਾਰਟੀਆਂ ਦੀ ਸੋਚ ਦਾ ਹਾਂਜੀ ਇੱਥੇ ਆਣ ਕੇ ਇਹੀ ਕਲੈਸ਼ ਹੋਇਆ ਇੱਥੇ ਕਿਉਂਕਿ ਪੰਜਾਬ ਦੀ ਦੁਖਾਂ 'ਤੇ ਸੀ ਪੰਜਾਬ ਨੂੰ ਹੱਕ ਨਹੀਂ ਸੀ ਮਿਲ ਰਿਹਾ ਓਕੇ ਪੰਜਾਬ ਦੇ ਵਿੱਚੋਂ ਲੀਡਰਸ਼ਿਪ 'ਚ ਆਈ ਤਾਂ ਸਹੀ ਉੱਭਰ ਕੇ ਸੁੱਚਾ ਛੋਟੇਪੁਰ ਵੀ ਰੀਜਨਲ ਪਾਰਟੀ 'ਚ ਡਿਵੈਲਪ ਹੋਇਆ ਇਹ ਜਿਹੜੇ ਆਪਣੇ ਹੈਗੇ ਖਹਿਰਾ ਸਾਹਿਬ ਇਹ ਵੀ ਉਹਨਾਂ ਦੇ ਫਾਦਰ ਸਾਹਿਬ ਵੀ ਰੀਜਨਲ ਪਾਰਟੀ ਨੂੰ ਬਿਲੋਂਗ ਕਰਦੇ ਕਾਂਗਰਸ 'ਚ ਆ ਕੇ ਕਾਂਗਰਸ 'ਚ ਟਿਕੇ ਨਹੀਂ ਫਿਰ ਉਹਦੇ ਚਲੇ ਗਏ ਇਸ ਤਰ੍ਹਾਂ ਜਿੰਨੇ ਵੀ ਮੋਸਟਲੀ ਜਿੰਨੇ ਬੰਦੇ ਸੀ ਇਹ ਸਾਰੇ ਰੀਜਨਲ ਪਾਰਟੀਆਂ ਦੇ ਆਈਡੀਆਲੋਜੀ ਚਾਹੇ ਹੁਣ ਉੱਥੇ ਪੰਜਾਬ ਕਿਉਂਕਿ ਪੰਜਾਬ ਨੂੰ ਲੋੜ ਹੈ ਪੰਜਾਬ ਨਸ਼ਿਆਂ ਦੀ ਮਾਰ ਤੇ ਮਰਨ ਦਿਆ ਨੌਜਵਾਨ ਬੁਰਾ ਹਾਲ ਹੈ ਐਜ਼ ਅ ਫਿਗਰ ਆਊਟ ਵੀ ਕਰੇ ਤੇ ਆਪਾਂ 30-40% ਜਨਰੇਸ਼ਨ ਖਰਾਬ ਹੋ ਗਈ ਲੋਅਰ ਮਿਡਲ ਕਲਾਸ ਦੇ ਮੁੰਡੇ ਉਹਨੇ ਮਾਂ ਪਿਓ ਪੜ੍ਹੇ ਲਿਖੇ ਜਿਹੜੇ ਟੀਚਰ ਨੇ ਜਾਂ ਕੋਈ ਛੋਟੇ ਅਹੁਦੇਦਾਰ ਨੇ ਜਾਂ ਕੋਈ ਮਿਡਲ ਜੇ ਉਹਦੇ ਹਾਂਜੀ ਉਹ ਆਪਣੇ ਬੱਚਿਆਂ ਨੂੰ ਮਾੜਾ ਮੋਟਾ ਪੜ੍ਹਾ ਕੇ ਕੈਨੇਡਾ ਭੇਜੀ ਜਾਂਦੇ ਆ ਹਾਂਜੀ ਹਾਂਜੀ ਉਹ ਕੈਨੇਡਾ ਆਸਟ੍ਰੇਲੀਆ ਬਾਹਰ ਭੇਜੀ ਜਾ ਰਹੇ ਚਲਾ ਗਿਆ ਕਦੇ ਚਲਾ ਗਿਆ ਹੁਣ ਰਹਿ ਗਏ ਵਿਚਾਰੇ ਪੜ੍ਹਾਈ ਦਾ ਵੀ ਉੱਥੇ ਡਿਸਪੈਰਿਟੀ ਸ਼ੁਰੂ ਹੋ ਗਈ ਪਿੰਡਾਂ 'ਚ ਸਕੂਲਾਂ 'ਚ ਪੂਰਾ ਹਾਲ ਹੋ ਗਿਆ ਦਿਹਾੜੇ ਨਾ ਕੋਈ ਸਟਰਕਚਰ ਦੇਖੋ ਜੀ ਉਹਦੇ 'ਚ ਤੇ ਇਹ ਵੀ ਆ ਜਿਹੜੀ ਸਰਕਾਰਾਂ ਮੇਨ ਉਹਨਾਂ ਦਾ ਪਾਰਟ ਆ ਕਿ ਪ੍ਰਾਈਵੇਟ ਸਕੂਲਾਂ ਨੂੰ ਇੰਨੀਆਂ ਕੁ ਅਥਾਰਟੀਜ਼ ਦੇ ਦਿੱਤੀਆਂ ਕਿ ਗੌਰਮੈਂਟ ਸਕੂਲਾਂ 'ਤੇ ਉਹ ਟੀਚਰ ਭਰਤੀ ਕਰ ਰਹੇ ਆ ਟੀਚਰ ਰੱਖ ਰਹੇ ਆ ਬਟ ਜਿਹੜੇ ਸਕੂਲ ਆ ਉਹਨਾਂ ਦੀ ਗਿਣਤੀ ਘਟਾਈ ਜਾ ਰਹੇ ਆ ਤਾਂ ਮੁੱਖ ਹੋ ਗਿਆ ਨਾ ਪੈਸਾ ਮੁੱਖ ਹੋ ਗਿਆ ਐਜੂਕੇਸ਼ਨ ਪ੍ਰਾਈਵੇਟਾਈਜ਼ ਕਰਤੀ ਇਹਨਾਂ ਸਿਸਟਮ ਨੂੰ ਪੈਸਾ ਬੰਦਾ ਚਾਹੀਦਾ ਹਾਂਜੀ ਇਹਨਾਂ ਇਸ ਸਿਸਟਮ ਨੂੰ ਚਲਾਉਣ ਵਾਸਤੇ ਜੋ ਬੰਦਾ ਚਾਹੀਦਾ ਉਹਨਾਂ ਨੇ ਪ੍ਰਾਈਵੇਟ ਸਕੂਲ ਦੇ ਕ੍ਰੀਏਟ ਕਰਤੇ ਹਾਂਜੀ ਉਹਨੇ ਕੋ ਉਹਨਾਂ ਨੂੰ ਮਿਲ ਜਾਂਦੇ ਆ ਹਾਂਜੀ ਬਾਕੀ ਤਾਂ ਲੇਬਰ ਚਾਹੀਦੀ ਹੈ ਹਾਂਜੀ ਸਿਸਟਮ ਨੂੰ ਲੇਬਰ ਚਾਹੀਦੀ ਹੈ ਉਹ ਲੇਬਰ ਉਹ ਹੈਗੇ ਮਿਲ ਜਾਂਦੇ ਵਿਚਾਰੇ ਬੱਚੇ ਰਾਜ ਕਰਨਾ ਹੁੰਦਾ
ਆਪੋਜੀਸ਼ਨ ਵੀ ਆ ਗਈ, ਸਟਰੋਂਗ ਆ ਗਈ ਆਪੋਜੀਸ਼ਨ, ਸਟਰੋਂਗ ਆ ਗਈ। ਹੁਣ ਉੱਥੇ ਜੋ ਚੰਗੇ ਚੰਗੇ ਫੂਲਕਾ ਸਾਹਿਬ ਵਰਗੇ ਬੰਦੇ ਅੱਛੇ ਸੀ, ਬੰਦੇ ਪੜ੍ਹੇ ਲਿਖੇ ਬੰਦੇ ਸੀ, ਭਗਵੰਤ ਮਾਨ ਵੀ ਮੈਂ ਸਭ ਚੰਗਾ ਹੀ ਹੈ, ਖਹਿਰਾ ਸਾਹਿਬ ਵੀ ਬੜੇ ਵਧੀਆ ਬੰਦੇ ਆ, ਇਹਨਾਂ ਨਾਲੋਂ ਬਜਾਏ ਉਹ ਗਾਂਧੀ ਸਾਹਿਬ ਸਨ ਬੜੇ ਅੱਛਾ, ਉਹ ਵੀ ਵਧੀਆ ਸੀ, ਬੜੇ ਸੋਚ ਸਮਾਜ ਸੇਵੀ ਸੀ, ਚੰਗੇ ਚੰਗੇ ਬੰਦੇ ਸੀ। ਲੇਕਿਨ ਦਿੱਕਤ ਇਹ ਆ ਵੀ ਜਦੋਂ ਜ਼ਿਆਦਾ ਪੜ੍ਹੇ ਲਿਖੇ ਤਿਆਰ ਹੋ ਜਾਂਦਾ, ਇਹ ਇਕੱਠੇ ਨਹੀਂ ਰਹਿ ਸਕਦੇ। ਨਹੀਂ ਇਹਦੇ 'ਚ ਪੜ੍ਹੇ ਲਿਖੇ ਦੀ ਉਹਦੀ ਮਤਲਬ ਕਿ ਜਿਹੜੀ ਲੀਡਰ ਦੀ ਜਿਹੜੀ ਸੀ ਨਾ, ਜਿਹੜੀ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਸੀ, ਇਹ 'ਚ ਲੀਡਰ ਦੀ ਕਮੀ ਸੀ, ਜਿਹੜੀ ਲੀਡਰਸ਼ਿਪ ਕੁਆਲਿਟੀ ਹੁੰਦੀ ਆ। ਜਿਸ ਤਰ੍ਹਾਂ ਹੁਣ ਖਹਿਰਾ ਸਾਹਿਬ ਜੀ ਕੋਲ ਲੀਡਰਸ਼ਿਪ ਕੁਆਲਿਟੀ ਹੈਗੀ ਸੀਗੀ, ਪਰ ਉਹਨਾਂ ਦੀ ਇੱਕ ਗੱਲ ਸੀਗੀ, ਪੇਸ਼ੈਂਸ ਘੱਟ ਸੀਗੀ। ਜਿਸ ਤਰ੍ਹਾਂ ਉਹ ਮਤਲਬ ਹਰ ਚੀਜ਼ ਨੂੰ ਐਕਟਿਵ ਅਗਰੈਸਿਵ ਜੋ ਕਰ ਲੈਂਦੇ ਸੀਗੇ। ਨਹੀਂ ਜੀ ਲੀਡਰ ਤੁਸੀਂ ਜਿਸ ਤਰ੍ਹਾਂ ਆਪਾਂ ਭਗਵੰਤ ਮਾਨ ਦੀ ਗੱਲ ਕਰ ਲਈਏ, ਜੇ ਭਗਵੰਤ ਮਾਨ ਜੀ ਨੂੰ ਆਪਾਂ ਕਹਿੰਦੇ ਹਾਂ ਉਹ ਸਪੋਕਸ ਪਰਸਨ ਬਹੁਤ ਵਧੀਆ, ਹਰ ਚੀਜ਼ 'ਚੋਂ ਮੁੱਦਾ ਕੱਢ ਲੈਂਦੇ ਆ, ਹਰ ਚੀਜ਼ ਨੂੰ ਸਮਝਾ ਦਿੰਦੇ ਆ, ਮਗਰ ਉਹਨਾਂ 'ਚ ਆਪਾਂ ਲੀਡਰਸ਼ਿਪ ਕੁਆਲਿਟੀ ਨਹੀਂ ਦੇਖ ਸਕਦੇ ਮੇਰੇ ਹਿਸਾਬ ਨਾਲ। ਤੁਸੀਂ ਥੋੜ੍ਹਾ ਦੱਸ ਸਕਦੇ ਹੋ ਕੁਆਲਿਟੀ ਲੀਡਰਸ਼ਿਪ, ਲੀਡਰ ਬੜੇ ਨੇ। ਹਾਂਜੀ ਲੀਡਰ ਤਾਂ ਬਹੁਤ ਜ਼ਿਆਦਾ ਪੰਜਾਬ ਜੱਟ ਪੁੱਟੇ ਜੱਟ ਕਾਰਗਾ ਲੀਡਰ ਹੈ। ਹਾਂਜੀ ਲੇਕਿਨ ਦਿੱਕਤ ਇਹ ਹੈ ਵੀ ਉਹਨਾਂ ਦੀ ਜਿਹੜੀ ਪੇਸ਼ੈਂਸ ਆ, ਆਰਗਨਾਈਜੇਸ਼ਨ ਸਕਿੱਲ ਜਿਹਨੂੰ ਕਹਿੰਦੇ ਆ, ਉਹ ਨਹੀਂ ਹੈਗੀ। ਪੰਜਾਬ ਦਾ ਸ਼ੁਰੂ ਇਤਿਹਾਸ ਲੋਕ ਕਦੀ ਮੂਵਮੈਂਟ ਦੇ ਤੌਰ 'ਤੇ ਨਿਕਲਿਆ, ਇੰਡੀਵਿਜੁਅਲ ਤੌਰ 'ਤੇ ਬੜੀਆਂ ਕੁਰਬਾਨੀਆਂ ਕੀਤੀਆਂ ਲੋਕਾਂ ਨੇ, ਸਭ ਤੋਂ ਜ਼ਿਆਦਾ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ। ਹਾਂਜੀ ਲੇਕਿਨ ਮੂਵਮੈਂਟ ਤੌਰ 'ਤੇ ਨਹੀਂ ਨਿਕਲੇ। ਮਤਲਬ ਉਹੀ ਨਾ, ਜੇ ਅਗਰ ਭਗਵੰਤ ਮਾਨ ਇੱਕ ਵਧੀਆ ਲੀਡਰ ਸਾਬਤ, ਲੀਡਰ ਆਪਾਂ ਮੈਂ ਲੀਡਰ ਮੈਂ ਜਿਸ ਪੁਆਇੰਟ 'ਤੇ ਲੀਡਰ ਕਹਿ ਰਿਹਾ, ਲੀਡਰ ਮਤਲਬ ਲੀਡਰਸ਼ਿਪ ਕੁਆਲਿਟੀ, ਅਗਰ ਤੁਹਾਡੇ ਕੋਲ 50 MLA ਹੈਗੇ ਆ, ਤੁਸੀਂ ਉਹ 50 MLA ਨੂੰ ਕਿਸ ਤਰ੍ਹਾਂ ਹੈਂਡਲ ਕਰਨਾ, ਕੁਆਲਿਟੀ ਆਫ ਲੀਡਰਸ਼ਿਪ ਕੀ ਤੁਸੀਂ ਹੈਂਡਲ ਕਰਨਾ। ਹੁਣ ਲੀਡਰ ਬਣ ਗਿਆ, MLA ਬਣ ਗਿਆ, MP ਬਣ ਗਿਆ, ਉਹਨੇ ਵੋਟਾਂ ਮੰਗ ਲਈਆਂ, ਜਾ ਕੇ ਰੈਲੀ ਕਰਤੀ, ਬੋਲਤਾ, ਗੱਲ ਵੋਟਾਂ ਦੀ ਨਹੀਂ, ਵੋਟਾਂ ਜਿਹੜੀਆਂ ਨਾ ਵੋਟਾਂ ਦੇ ਲੋਕਾਂ ਪਾਉਣੀਆਂ ਹੀ ਆ। ਹਾਂਜੀ ਲੋਕ ਤਾਂ ਵੋਟਾਂ ਪਾ, ਚਾਹੇ ਕਾਂਗਰਸ ਕਰ ਲਈ ਹੋਣ ਇਕੱਲੇ ਜਾਂ ਆਪ ਵਾਲੇ ਆ ਜਾਣ, ਵੋਟਾਂ ਦੇ ਲੋਕਾਂ ਨੂੰ ਕਾਰਪੋਰੇਟਰ ਲੋਕਾਂ ਨੇ ਵੋਟਾਂ ਦੇ ਪਾ ਦੇਣੀਆਂ। ਹਾਂਜੀ ਪਾ ਦਿੰਦੇ, ਲੋਕ ਦੁਖੀ ਵੀ ਹੁੰਦੇ ਲੇਕਿਨ ਫਿਰ ਵੀ ਪਾ ਆਉਂਦੇ ਆ, ਕੋਰਸ ਗੱਲ ਉਹਨਾਂ ਕੋਲ ਆਈ ਨਹੀਂ ਹਾਲੇ ਕੋਈ। ਇਹ ਉਮੀਦ ਸੀ, ਹੁਣ ਆਪਾਂ ਗੱਲ ਆਈਏ ਅਸਲੀ ਮੁੱਦੇ, ਜਿਹੜਾ ਸਵਾਲ ਆਇਆ ਉਹਨਾਂ ਟੈਲੀਫੋਨ 'ਤੇ ਭਾਈ ਸਾਹਿਬ ਜੀ ਦਾ ਵੀ ਖਹਿਰਾ ਸਾਹਿਬ। ਹਾਂਜੀ ਹੁਣ ਇਹ ਲੜ ਇਹੀ ਕਿਹਾ ਵੀ ਲੋਕ ਚਲੋ ਜੀ ਆਪ ਉਹਨੇ ਆਪਣਾ ਫੁਲਕਾ ਸਾਹਿਬ ਰਿਜ਼ਾਈਨ ਦਰ ਦੇ ਦਿੱਤਾ। ਹਾਂਜੀ ਵੀ ਉਹਨਾਂ ਨੇ ਸਿੱਖ ਦੰਗਿਆਂ ਦੇ ਕੇਸ ਕਰਨੇ ਦਾ ਕੀ ਕਾਰਨ, ਉੱਧਰ ਬਿਜ਼ੀ ਸੀ, ਚਲੋ ਵਟ ਐਵਰ ਜੋ ਵੀ ਪ੍ਰੈਸ਼ਰ ਸੀਗਾ ਉਹਨਾਂ ਦਾ, ਫਿਰ ਜੋ ਵੀ ਪ੍ਰੈਸ਼ਰ ਸੀ ਖਹਿਰਾ ਸਾਹਿਬ ਬਣਾ ਦਿੱਤੇ ਇਹਨਾਂ ਨੇ, ਹੈ ਉਦੋਂ ਹੀ ਇਹਨਾਂ ਨੇ ਜਿਹੜਾ ਕੋਈ ਲੋਕਾਂ ਨੂੰ ਕੁਸ਼ਚਨ ਲਿਆ ਅਤੇ ਉਹਦਾ ਡਿਫਰੈਂਸ ਹੋ ਗਏ, ਭਗਵੰਤ ਮਾਨ ਪ੍ਰਧਾਨ ਸੀ। ਹਾਂਜੀ ਉਦੋਂ ਪਤਾ ਇਹਨਾਂ ਨੂੰ ਕੀ ਹੋਇਆ, ਫਿਰ ਕੀ ਹੁੰਦਾ ਕਈ ਇਕੱਲੇ ਇਹੋ ਹੀ ਨਹੀਂ ਕੰਮ ਕਰਦੇ, ਪੋਲਿਟਿਕਸ ਸਿਆਸਤ ਚੱਲਦੀ ਆ, ਕੁਛ ਕਈ ਲੋਬੀਆਂ ਕੰਮ ਕਰਦੀਆਂ। ਹਾਂਜੀ ਇੰਟਰਪਲੇਟ ਕਰਦੇ, ਲੋਕ ਦਾਖਲ ਦਖਲਦਾਜੀ ਕਰਦੇ ਆ, ਲੋਬੀਆਂ ਕੰਮ ਕਰਦੀਆਂ, ਉਹ ਅਕਾਲੀਆਂ ਨੂੰ ਕਿੱਥੇ ਦੁਖਦਾ ਇਹ ਸੁਖਦਾ ਸੀ, ਪੀ ਏ ਦੇ ਅੱਗੇ ਆ ਗਏ, ਕਈ ਦੇ ਮਾਰੇ ਗਏ, 100 ਸਾਲ ਦੀ ਸਾਡੀ ਪਾਰਟੀ ਪੁਰਾਣੀ ਆ, ਕਰਤੂਤਾਂ ਤਾਂ ਉਹਨਾਂ ਆਪਣੀਆਂ ਮਾੜੀਆਂ ਕੀਤੀਆਂ ਸੀ। ਹਾਂਜੀ ਬਰਗਾੜੀ ਦਾ ਕੰਮ ਹੋਇਆ ਸਾਰਾ, ਕਿੰਨਾ ਕੁਛ ਹੋਇਆ ਸਰਕਾਰਾਂ, ਨਸ਼ਿਆਂ ਦੇ ਦੋਸ਼ ਲੱਗਦੇ ਰਹੇ, ਕੋਈ ਲੱਗਦੇ ਰਹੇ, ਕਈ ਕੁਛ ਲੱਗਦਾ ਰਿਹਾ, ਤੇ ਉਹਦਾ ਹੱਲ ਆਮ ਪਾਰਟੀ ਨਿਕਲੇ ਆ ਗਈ, ਇਹ ਤੀਜੇ ਨੰਬਰ ਤੇ ਆ ਗਏ, ਤੀਜੇ ਨੰਬਰ ਤੇ ਆ ਗਏ। ਹੁਣ ਪੈਸਾ ਇਹਨਾਂ ਕੋਲ ਹੈ, ਹੁਣ ਕਾਂਗਰਸ ਵੀ ਨਹੀਂ ਚਾਹੁੰਦੀ, ਜੇ ਕਾਂਗਰਸ ਲੀਡਰ ਵੀ ਇਹ ਇੱਕ ਤਰ੍ਹਾਂ ਆ ਗਏ ਅੱਗੇ ਵੀ ਜੇ ਆ ਗਏ ਤੇ ਕੰਮ ਤੇ ਖਰਾਬ ਹੋ ਗਿਆ। ਹਾਂਜੀ ਉਹਦੇ ਵਿੱਚ 2-3 ਫੈਕਟਰ ਨਿਕਲ ਗਿਆ ਹੈ ਵੀ ਖਹਿਰਾ ਸਾਹਿਬ ਪਾਰਲੀਮੈਂਟ ਅਸੈਂਬਲੀ 'ਚ ਬੋਲਣ, ਉਧਰ ਸਿਮਰਜੀਤ ਸਿੰਘ ਬਹਿਸ ਸੀ, ਦਿੱਕਤ ਸੀ ਵੀ ਇਕੱਠੇ ਨਹੀਂ ਹੋ ਸਕੇ, ਇਕੱਠੇ ਨਹੀਂ ਹੋ ਸਕੇ, ਆਪੋ 'ਚ ਸੁਲਗਦੇ ਰਹੀ ਚੰਗਿਆਰੀ ਸੁਲਗਦੇ ਰਹੀ, ਲੜਦੇ ਰਹੇ ਉਹਦਾ ਅਸਰ ਕੀ ਹੋਇਆ ਵੀ ਉਹ ਜੇ ਦਿੱਲੀ ਵਾਲੀ ਹਾਈ ਕਮਾਂਡ ਕੇਜਰੀਵਾਲ ਸਾਹਿਬ ਉਹਨਾਂ ਨੇ ਪੁੱਛਿਆ ਨਹੀਂ ਵੀ ਜਿਹੜਾ ਕਿ ਇਹਨਾਂ ਨੇ ਇੱਕ ਮੈਨੀਫੈਸਟੋ ਸੀ ਇਹਨਾਂ ਦਾ ਵੀ ਅਸੀਂ ਲੋਕਾਂ ਦੇ ਨਾਲ ਸਲਾਹ ਕਰਕੇ ਜੋ ਵੀ ਲੀਡਰ ਬਣਾਵਾਂਗੇ, MLA ਬਣਾਵਾਂਗੇ, ਲੋਕਾਂ ਨਾਲ ਸਲਾਹ ਕਰਾਂਗੇ, ਇਹਨਾਂ ਲੋਕਾਂ ਨਾਲ ਸਲਾਹ ਕੀਤੀ ਨਹੀਂ, ਉੱਥੋਂ ਹੀ ਫਰਮਾਨ ਜਿੱਦਾਂ ਫਰਮਾਨ ਭੇਜਿਆ ਜਾਂਦਾ ਜਾਂ ਬਾਦਲਾਂ 'ਚ ਚਿੱਠੀ ਨਾਲ ਭੇਜ ਦਿੰਦੇ, ਅਕਾਲ ਤਖ਼ਤ ਜਿਸ ਤਰ੍ਹਾਂ ਬਣਾ ਦਿੱਤਾ ਜਾਂਦਾ ਜਾਂ ਇਸ ਤਰ੍ਹਾਂ ਕਰ ਦਿੰਦੇ ਆ, ਇਹੋ ਜਿਹਾ ਪ੍ਰਭਾਵ ਵੀ ਆਇਆ। ਮਤਲਬ ਉਹੀ ਕੰਮ ਸ਼ੁਰੂ ਕਰਤਾ ਜਿਹੜਾ ਕਾਂਗਰਸ BJP ਬਾਕੀ ਪਾਰਟੀਆਂ ਚੱਲਦਾ ਸੀਗਾ, ਉਹੀ ਸ਼ੁਰੂ ਕਰਤਾ ਖਹਿਰਾ ਸਾਹਿਬ। ਹੁਣ ਖਹਿਰਾ ਸਾਹਿਬ ਜਰਾ ਬੜਾ ਵਧੀਆ ਬੰਦਾ ਚਾਹੁੰਦਾ ਵੀ ਹੈ, ਹੁਣ ਖਹਿਰਾ ਸਾਹਿਬ ਦੀ ਲੀਡਰਸ਼ਿਪ ਤੇ ਅੱਛੀ ਹੋ ਗਈ, ਲੋਕਾਂ ਨੇ ਹੰਗਾਰਾ ਵੇਚਦਾ ਕਿਉਂਕਿ ਉਦੋਂ ਭੱਖ ਦੇ ਮਸਲੇ ਸੀ। ਹਾਂਜੀ ਇੱਕ ਬਰਗਾੜੀ ਦਾ ਮਸਲਾ ਬੜਾ ਭੱਖ ਰਿਹਾ ਸੀ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ, ਹਾਂਜੀ ਉਹ ਪਲੇਟਫਾਰਮ ਮਿਲ ਗਿਆ ਨਾ। ਮਤਲਬ ਕਿ ਇਹਦਾ ਮਤਲਬ ਵੀ ਆਪਾਂ ਇੱਥੇ ਗੱਲ ਕਰੀਏ, ਭਾਵੇਂ ਆਮ ਆਦਮੀ ਪਾਰਟੀ ਆ, ਭਾਵੇਂ ਅਕਾਲੀ ਆ, ਭਾਵੇਂ ਕਾਂਗਰਸ ਆ, ਇਹ ਮੁੱਦਿਆਂ ਦੀ ਪੋਲਿਟਿਕਸ ਕਰਦੇ ਆ, ਸਿਰਫ ਮੁੱਦਾ ਬਣਾ ਦਿਉ ਲੋਕਾਂ ਨੂੰ, ਮਤਲਬ ਕਿ ਉਹਨਾਂ ਨੂੰ ਮਿਕਸ ਕਰ ਦਿਉ, ਮਤਲਬ ਕਿ ਦੂਜੇ ਬੰਨੇ ਉਹਨਾਂ ਨੂੰ ਕਿਸੇ ਬੰਨੇ ਲਾ ਦਿਓ ਕਿ ਇਹ ਸਰਕਾਰਾਂ ਵੱਲ ਧਿਆਨ ਨਾ ਜਾਣ, ਉੱਧਰ ਬਿਜ਼ੀ ਕਰ ਦਿਉ ਇਹਨਾਂ ਨੂੰ, ਇਹ ਕਿਤੇ ਨਾ ਕਿਤੇ ਲੋਕਾਂ ਬਾਰੇ ਕਿਉਂ ਨਹੀਂ ਸੋਚ ਰਹੇ, ਪੰਜਾਬ ਬਾਰੇ ਕਿਉਂ ਨਹੀਂ ਸੋਚ ਰਹੇ, ਸੋਚਦੇ ਨੇ ਲੇਕਿਨ ਕੀ ਹੈ ਇਹ ਲੋਕਾਂ ਜਾਣਾ ਨਹੀਂ ਚਾਹੁੰਦੇ। ਮੀਡੀਆ ਲੈ ਲਿਆ ਫੋਟੋਆਂ ਲੈਣ ਵਾਲੀਆਂ, ਸ਼ੋਅ ਆਫ ਦਾ ਕੰਮ ਹੋ ਗਿਆ, ਕਰ ਲਿਆ ਜਿਹੜੀ ਆਰਗਨਾਈਜੇਸ਼ਨ ਹੈ ਜਿਹਨੂੰ ਸੰਗਠਨ ਕਹਿੰਦੇ ਆ ਆਪਾਂ, ਪਿੰਡਾਂ ਤੱਕ ਜਾਣਾ, ਕਸਬਿਆਂ ਤੱਕ ਜਾਣਾ, ਬਲਾਕ ਤੱਕ ਜਾਣਾ, ਉਹ ਤਾਂ ਉਹਦੇ ਨਹੀਂ ਜਾਂ ਉੱਥੇ ਨਹੀਂ ਜਾਂਦੇ,
ਫੁੱਟਬਾਲ ਵਾਲੀਆਂ ਲਾਲਾ ਲਾਲਾ ਕਰ ਲਈ, ਜਿੰਦਾਬਾਦ ਮੁਰਦਾਬਾਦ ਕਰ ਲਿਆ, ਤੇ ਫਿਰ ਉਹ ਮੋਰਚਾ ਨਵੇਂ ਤੋਂ ਨਵਾਂ ਇਸ਼ੂ ਦੇ ਦਿੱਤਾ ਤੇ ਉੱਥੋਂ ਆ ਕੇ ਮਾਰ ਖਾਂਦੇ ਆ। ਮਤਲਬ ਉਹੀ ਨੇ ਜਿਹੜਾ ਨਿਆਣਾ ਰੋਣ ਡਿਆ ਹੋਵੇ ਹਾਂ, ਤੇ ਉਹਨੂੰ ਖਿਡਾਉਣਾ ਦੇ ਦੇਦਾ ਖੇਡਣ ਵਾਸਤੇ, ਦੇ ਦਿੱਤਾ ਲੋਕਾਂ ਨੂੰ। ਇੱਥੇ ਲੋਕਾਂ ਨੂੰ ਉਹ ਛੁੰਛਣਾ ਦੇ ਦਿੰਦੇ ਆ ਕਿ ਹਾਂਜੀ ਅਗਲੀ ਪੋਲਿਟਿਕਸ ਆਊਗੀ, ਆਪਾਂ ਆਹ ਕਰ ਦਾਂਗੇ, ਉਹ ਕਰ ਦਾਂਗੇ। ਉਹ ਨਿਆਣਾ ਵੀ ਥੋੜ੍ਹੀ ਦੇਰ ਚੁੱਪ ਜਾਂਦਾ, ਬਾਅਦ 'ਚ ਫਿਰ ਉਹ ਇੱਕ ਮਿੰਟ ਕਾਲ ਲੈ ਲਈਏ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਸੀ ਤੇ ਮੈਨੂੰ ਤੁਹਾਡਾ ਪ੍ਰੋਗਰਾਮ ਬੜਾ ਵਧੀਆ ਲੱਗ ਰਿਹਾ ਸੀ। ਹਾਂਜੀ ਥੈਂਕ ਯੂ ਜੀ। ਨਵਾਂ ਹੀ ਸ਼ੁਰੂ ਹੋਇਆ ਲੱਗਦਾ, ਮੈਂ ਹੁਣੀ ਤੇ ਬਟਨ ਟੀਵੀ ਆਨ ਕੀਤਾ ਸੀ ਤੇ ਮੈਂ ਪੁੱਛਣਾ ਚਾਹੁੰਦਾ ਸੀ ਜਿਹੜੇ ਸਾਹਿਬ ਬੈਠੇ ਨੇ ਗੈਸਟ ਅੰਮ੍ਰਿਤਸਰ ਤੋਂ ਆਏ ਨੇ, ਹਾਂਜੀ, ਇਹ ਕਹਿੰਦੇ ਬੜੇ ਅਕਲਮੰਦ ਲੋਕ ਜਿਹੜੇ ਨੇ ਉਹ ਗੱਡੀ ਨੂੰ ਚਲਾ ਨਹੀਂ ਸਕਦੇ, ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ? ਦੇਖੋ ਜੀ, ਇਹ ਤੇ ਆਪਾਂ ਨੂੰ ਇਹਨਾਂ ਕੋਲ ਹੀ ਪੁੱਛਾਂਗੇ। ਹਾਂਜੀ, ਮੈਂ ਇਸ ਕਰਕੇ ਕੀਤਾ ਜੀ, ਅਕਲਮੰਦ ਮੈਂ ਇਸ ਕਰਕੇ ਕੀਤੀ ਗੱਲ ਕਿ ਜਿਹੜੇ ਸਿਆਣੇ ਜ਼ਿਆਦਾ ਇਕੱਠੇ ਹੋ ਜਾਂਦੇ ਆ ਨਾ ਜੀ, ਇਹ ਸਾਡੇ ਪੰਜਾਬ ਦੇ ਖਾਸ ਕਰਕੇ, ਅਤੇ ਇਹ ਸਿਆਣੇ ਜ਼ਿਆਦਾ ਇਕੱਠੇ ਹੁੰਦੇ, ਇਹਨਾਂ ਨੂੰ ਲੋਕਾਂ ਦੀ ਗੱਲ ਤਾਂ ਭੁੱਲ ਜਾਂਦੀ ਵੀ ਅਸੀਂ ਬੜੇ ਸਿਆਣੇ ਹਾਂ। ਅਕਲਮੰਦ ਮੈਂ ਮੇਰਾ ਭਾਵ ਹੈ ਜਿਹੜੇ ਜ਼ਿਆਦਾ ਚੰਗੇ ਚੰਗੇ ਸਕੂਲਾਂ 'ਚੋਂ ਪੜ੍ਹੇ ਆ, ਜਿਹੜੇ ਗੌਰਮੈਂਟ ਸਕੂਲਾਂ ਦੇ ਪੜ੍ਹੇ, ਉਹਨਾਂ ਦਾ ਮੇਰਾ ਕਹਿਣ ਦਾ ਭਾਵ ਸੀ ਜਿਹੜੇ ਅਕਲਮੰਦ ਜਿਹੜੇ ਪਿੰਡਾਂ ਦੇ ਲੋਕ ਸਾਦੇ ਜਿਹਨਾਂ ਨੂੰ ਆਪਾਂ ਕਹਿੰਦੇ, ਉਹਨਾਂ 'ਚ ਵੀ ਜ਼ਿਆਦਾ ਅਕਲ ਆ, ਬੜੀ ਅਕਲ ਆ, ਪਰ ਉਹਨਾਂ ਦੀ ਗੱਲ ਸੁਣਦੇ ਨਹੀਂ ਇਹ, ਇਹ ਆਪਣੀ ਜ਼ਿਆਦਾ ਸਿਆਣਪ ਚਲਾਉਂਦੇ। ਇਸ ਕਰਕੇ ਮੈਂ ਸ਼ਬਦ ਕਿਹਾ ਸੀ ਮੇਰੀ ਅਕਲਮੰਦ ਦਾ ਭਾਵ ਸੀ ਕਹਿਣ ਦਾ, ਵੀ ਇਹ ਜੇ ਜ਼ਿਆਦਾ ਚੰਗੇ। ਹਾਂਜੀ, ਮੈਨੂੰ ਸਾਹਿਬ ਅਕਲਮੰਦ ਤੋਂ ਕੇਜਰੀਵਾਲ ਸਾਹਿਬ ਯਾਦ ਆਉਂਦੇ ਨੇ, ਤੁਹਾਨੂੰ ਲੱਗਦਾ ਉਹ ਅਕਲਮੰਦ ਨੇ? ਨਹੀਂ, ਮੈਨੂੰ ਤਾਂ ਲੱਗਦੇ ਨਹੀਂ ਜੀ। ਤੁਹਾਨੂੰ ਕਿਉਂ ਨਹੀਂ ਲੱਗਦੇ? ਉਹ ਲੱਗਦੇ ਵੀ ਐਰੋਗੈਂਸੀ ਜ਼ਿਆਦਾ, ਜਦੋਂ ਇਨਸਾਨ ਦੇ ਵਿੱਚ ਐਰੋਗੈਂਸੀ ਆ ਜਾਂਦੀ ਹੈ ਨਾ ਜੀ, ਜਦੋਂ ਈਗੋ ਆ ਜਾਂਦੀ ਜ਼ਿਆਦਾ, ਅਕਲਮੰਦ ਹੋਣ ਦੇ ਨਾਲ ਨਾਲ ਬੰਦੇ ਦਾ ਠਰਮਾ ਵੀ ਚਾਹੀਦਾ, ਜ਼ਰੂਰੀ ਬੰਦੇ ਦਾ ਜੀ ਠਰਮਾ, ਪੰਜਾਬੀ ਪੇਸ਼ੈਂਸ, ਪੇਸ਼ੈਂਸ ਨਾਲ ਚਾਹੀਦੀ ਆ, ਪੇਸ਼ੈਂਸ ਬਹੁਤ ਜ਼ਰੂਰੀ ਆ। ਉਹਨਾਂ ਦਾ ਠਰਮਾ ਨਹੀਂ, ਜਿਹੜਾ ਬੰਦਾ ਲੋਕਾਂ ਨੂੰ ਨਾਲ ਲੈ ਕੇ ਨਹੀਂ ਚੱਲ ਸਕਦਾ, ਆਪਣੇ ਸਾਥੀਆਂ ਨੂੰ ਨਾਲ ਲੈ ਕੇ ਨਹੀਂ ਚੱਲ ਸਕਦਾ, ਬੰਦਾ ਸਿਆਣਾ ਹੋਵੇ, ਘਰ 'ਚ ਬਹੁਤ ਸਿਆਣਾ ਹੋਵੇ, ਬੜਾ ਅਕਲਮੰਦ ਹੋਵੇ, ਉਹ ਆਪਣੇ ਟੱਬਰ ਨੂੰ ਨਾਲ ਲੈ ਕੇ ਨਾ ਚੱਲੇ, ਆਪਣੇ ਭੈਣ ਭਰਾਵਾਂ ਬੱਚਿਆਂ ਦੀ ਸਲਾਹ ਨਾ ਮੰਨੇ, ਗੱਲਾਂ ਕਰੇ, ਅਤੇ ਉਹਦੀ ਅਕਲ ਕਿੱਥੇ ਚਲੇ ਜਾਂਦੀ, ਅਕਲ ਕਾਹਦੀ ਉਹਦੀ, ਕੋਈ ਅਕਲ ਨਹੀਂ ਸਮਝਦਾ, ਉਹ ਨੁਕਸਾਨ ਹੋ ਜਾਂਦਾ, ਘਰ ਦਾ ਵੀ ਨੁਕਸਾਨ ਹੋ ਜਾਂਦਾ। ਤੁਸੀਂ ਦੇਖੋ ਵੀ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦੇ ਨੇ, ਹਾਂਜੀ ਹਾਂਜੀ, ਤੇ ਭਗਵੰਤ ਮਾਨ ਵੀ ਉਹਨਾਂ ਨੂੰ ਬਿਲੋਂਗ ਕਰਦੇ ਨੇ, ਹਾਂਜੀ ਹਾਂਜੀ, ਤੇ ਤੁਹਾਨੂੰ ਲੱਗਦਾ ਭਗਵੰਤ ਮਾਨ ਸਮਝਦਾਰ ਨੇ ਜਾਂ ਠੀਕ ਨੇ, ਜਾਂ ਉਹਨਾਂ ਨੂੰ ਕਮੇਡੀ ਵੀ ਕਰਨੀ ਚਾਹੀਦੀ ਆ? ਨਹੀਂ, ਮੈਂ ਵੇਖੋ ਜਾਤੀ ਦੇ ਨਹੀਂ ਕਿਸੇ ਦੇ ਬਾਰੇ ਕਹਿ ਸਕਦਾ, ਨਾ ਮੇਰਾ ਹੱਕ ਹੈ ਜਾਤੀ ਕਿਸੇ ਦੇ ਬਾਰੇ ਕਹਿਣ ਦਾ ਵੀ ਉਹਨੂੰ ਕਾਮੇਡੀ ਕਰਨੀ ਚਾਹੀਦੀ ਹੈ ਜਾਂ ਕੀ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਵੀ ਸਿਆਸਤ, ਜਿੰਨੇ ਸਾਰੇ ਸਿਆਸਤ, ਹਰ ਦਾ ਹੱਕ ਆਪਣਾ ਹੱਕ ਹੈ ਸਿਆਸਤ ਕਰਨ ਦਾ, ਕਿਸੇ ਨੂੰ ਜਾਤੀ ਕਿਸੇ ਨੁਕਸ ਕੱਢਣਾ ਵੀ ਉਹ ਕਮੇਡੀ ਕਰਨੀ ਚਾਹੀਦੀ ਜਾਂ ਨਹੀਂ ਕਰਨੀ ਚਾਹੀਦੀ, ਉਹ ਮੈਂ ਆਪਣੀ ਅਦਾਰੇ ਤੋਂ ਬਾਹਰ ਨਹੀਂ ਜਾ ਸਕਦਾ। ਮਤਲਬ ਕਿ ਮੇਨ ਆ ਕਿ ਲੋਕਾਂ ਦੇ ਹੱਕਾਂ ਵਾਸਤੇ ਲੜਨਾ ਚਾਹੀਦਾ, ਲੋਕ ਜਾਣੀ ਜਾਣ, ਲੋਕ ਸਮਝ ਜਾਂਦੇ ਨੇ ਵੀ ਕੀ ਕਰਨਾ ਚਾਹੀਦਾ ਜਾਂ ਨਹੀਂ, ਕੀ ਨਹੀਂ ਕੀ ਕਰਨਾ ਚਾਹੀਦਾ। ਹਾਂਜੀ, ਹੋਰ ਕੁਛ ਪੁੱਛਣਾ ਜੀ ਤੁਸੀਂ? ਸਤਿ ਸ਼੍ਰੀ ਅਕਾਲ ਜੀ। ਓਕੇ ਜੀ। ਹਾਂਜੀ, ਜਿਸ ਤਰ੍ਹਾਂ ਇਹ ਸਰੋਤਿਆਂ ਨੇ ਸਾਨੂੰ ਕੁਐਸਚਨ ਪੁੱਛਿਆ ਕਿ ਤੁਸੀਂ ਵੀ ਕਹਿ ਕਿ ਸਮਝਦਾਰ, ਐਕਚੁਅਲੀ ਗੱਲ ਇੱਦਾਂ ਕਿ ਜਦੋਂ ਜ਼ਿਆਦਾ ਪੜ੍ਹੇ ਲਿਖੇ ਜ਼ਿਆਦਾ ਸਿਆਣੇ ਇਕੱਠੇ ਹੋ ਜਾਂਦੇ, ਇੱਕ ਦੂਜੇ ਦੀ ਮੰਨਦੇ ਨਹੀਂ ਹੈਗੇ। ਹਾਂ ਬਸ, ਇਹ ਦਿੱਕਤ ਹੈ ਜੀ। ਵੇਖੋ, ਹੁਣ ਆਪਾਂ ਗੱਲ ਕਰ ਰਹੇ ਸੀ, ਆਪਾਂ ਗੱਲ ਉੱਤੇ ਆਈਏ। ਹਾਂਜੀ, ਇਹਨਾਂ ਦੇ ਸੁਖਪਾਲ ਖਹਿਰਾ ਦੇ, ਹਾਂਜੀ, ਪਹਿਲਾਂ ਆਪਾਂ ਗੱਲ ਛੋਪੜ ਸਾਰਾ ਕਰ ਲਿਆ। ਹਾਂਜੀ, ਹੁਣ ਜਿਹੜੀ ਅੱਜ ਦੇ ਵਰਤਮਾਨ ਹਾਲਾਤ ਜਿਹੜੇ ਪੰਜਾਬ ਚੱਲ ਰਹੇ ਆ, ਮੂਵਮੈਂਟ ਚਲਾ ਰਿਹਾ, ਸੜਕਾਂ ਤੇ ਰੋਡ ਸ਼ੋ ਕਰ ਰਿਹਾ, ਰੋਡ ਸ਼ੋ ਕਰ ਰਿਹਾ, ਇੱਕ ਪਾਸੇ ਅਸੈਂਬਲੀ ਚੱਲ ਰਹੀ ਹੈ, ਇਹ ਨੁਮਾਇੰਦੇ ਚੁਣ ਕੇ ਭੇਜੇ ਆ, ਅਸੈਂਬਲੀਆਂ ਦੇ ਬੈਗੜ ਕਰਨ ਦੇ, ਚਾਹੇ 3 ਦਿਨ ਦਾ ਜਾਂ 2 ਦਿਨ ਦਾ। ਹਾਂਜੀ, ਤੁਹਾਨੂੰ ਅਸੈਂਬਲੀ 'ਚ ਵੀ ਜਾਣਾ ਚਾਹੀਦਾ। ਦੇਖੋ, ਜਿਹੜੀ ਬਾਈਕਾਟ ਵਾਲੀ ਗੱਲ ਆ ਨਾ, ਜਾ ਕੇ ਆਪਣਾ ਮੁੱਦਾ ਉੱਥੇ ਰੱਖੋ, ਲੋਕਾਂ ਨੂੰ ਜੋ ਕਹਿੰਦੇ ਆ ਆਪਾਂ, ਜਦੋਂ ਜਸਰਜੀਤ ਸਿੰਘ ਦੇ ਬਾਰੇ ਉੱਠੇ ਆ ਗੱਲ, ਜਿੱਦਾਂ ਆਪਾਂ ਕੜੀ ਸਿੰਘ ਕੀਤਾ ਇਹਨਾਂ ਦਾ, ਸੁਖਬੀਰ ਬਾਦਲ ਦਾ, ਅਕਾਲੀ ਦਲ ਦਾ, ਵੀ ਤੁਸੀਂ ਭੱਜੇ ਕਿਉਂ, ਭੱਜੇ ਕਿਉਂ, ਤੇ ਤੁਸੀਂ ਆਪਣਾ ਅਸੈਂਬਲੀ ਬੈਗ ਆਪਣੀ ਗੱਲ ਕਰਦੇ, ਇਹਨਾਂ ਨੂੰ ਵੀ ਅਸੈਂਬਲੀ ਕੋਈ ਲੋਕਾਂ ਦੇ ਨੁਮਾਇੰਦੇ ਆ, ਵੀ ਲੋਕਾਂ ਦੇ ਨੁਮਾਇੰਦੇ, ਅਸੈਂਬਲੀ ਕਾਹਦੇ ਵਾਸਤੇ ਬਣੀ ਹੈ, ਚਾਹੇ 2 ਦਿਨ ਦਾ ਰੱਖਿਆ ਉੱਥੇ, ਜ਼ੋਰ ਦਿਓ ਸਰਕਾਰ, ਉੱਥੇ ਜ਼ੋਰ ਦਿਓ, ਕਨਵਿੰਸ ਕਰੋ ਉਹਨਾਂ ਨੂੰ, ਸੈਸ਼ਨ ਵਧਾਓ, ਟਾਈਮ ਵਧਾਓ। ਹਾਂਜੀ, ਡੈਮੋਕ੍ਰੇਸੀ ਜਿਹੜੀ ਕਹਿੰਦੀ ਹੈ, ਲੇਕਿਨ ਉੱਥੇ ਮੁੱਦਿਆਂ ਜਾਣਾ ਹੀ ਨਾ ਅਸੈਂਬਲੀ 'ਚ, ਕਾਹਦੇ ਵਾਸਤੇ? ਮਤਲਬ ਕਿਤੇ ਨਾ ਕਿਤੇ ਫਿਰ ਇਹ ਵੀ ਡਰਦੇ ਆ ਕਿ ਬਾਹਰ ਆ ਕੇ ਲੋਕਾਂ ਨੂੰ ਭੜਕਾ ਕੇ ਮੁੱਦਾ ਇਕੱਠਾ ਕਰ ਲਓ, ਅਸੈਂਬਲੀ ਜਦੋਂ ਜਾ ਕੇ ਬੋਲਣਾ ਉੱਥੇ ਬੋਲਣਾ ਨਹੀਂ। ਉੱਥੇ ਤੁਸੀਂ ਵੇਖ ਲਓ ਕਿ ਜਿਹੜਾ ਇਹਨਾਂ ਦਾ ਲਾਈਵ ਵੇਖੋ, ਇਹਨਾਂ ਦਾ ਉੱਥੇ ਬਾਹਰ ਕੁਛ ਬੋਲਦੇ ਹੁੰਦੇ ਆ, ਅੰਦਰ ਕੁਛ ਬੋਲਦੇ ਹੁੰਦੇ ਆ, ਲੇਕਿਨ ਗੱਲ ਇਹ ਵੀ ਚਲੋ ਖਹਿਰਾ ਸਾਹਿਬ ਲੱਗੇ ਨੇ, ਹੁਣ ਜ਼ਰੂਰਤ ਕੀ ਪੰਜਾਬ ਨੂੰ? ਮਤਲਬ ਮੇਨ ਦੇ ਫਿਰ ਕੁਰਸੀ ਨਾਲ ਪਿਆਰ ਵਾਲੀ ਲੜਾਈ ਆ ਬਸ, ਹਰ ਬੰਦਾ ਆਪਾਂ ਕੁਰਸੀ ਵੀ ਨਹੀਂ ਕਹਿ ਸਕਦੇ, ਦਿੱਕਤ ਇਹ ਹੈ ਪੰਜਾਬ ਦੇ ਲੋਕਾਂ ਦਾ ਦਿਖਾ ਦੇ ਕੀ, ਪੰਜਾਬ ਦੇ ਲੋਕ ਤੜਫ ਰਹੇ ਆ, ਹਾਂਜੀ, ਪੰਜਾਬ ਦੇ ਮੁੱਦੇ ਕਿਸਾਨੀ ਲੋਕ ਆਤਮ ਹੱਤਿਆ ਕਰ ਰਹੇ ਆ, ਕਿਸਾਨ ਰੋਜ਼ਗਾਰ ਨਹੀਂ ਮਿਲ ਰਿਹਾ, ਛੋਟੀ ਦੇਖੋ ਜੀ, ਹੁਣ ਆਪਾਂ ਲੀਡਰਸ਼ਿਪ ਪੰਜਾਬ ਦੀ ਲੀਡਰਸ਼ਿਪ, ਮੇਨ 3 ਮੁੱਦੇ ਆ, ਧਾਰਮਿਕ ਤੌਰ ਤੇ ਮਾਰ ਖਾ ਰਹੇ ਆ, ਪੰਜਾਬ ਧਰਮ ਵੀ ਖਤਰੇ 'ਚ ਹੈ। ਦੇਖੋ ਜੀ, ਧਰਮ ਤੇ ਪੋਲਿਟਿਕਸ ਇਹਨਾਂ ਮਰਜ ਕਰਤੀ ਆ,
ਇਹ ਤੇ ਜਦੋਂ ਦੀ ਅਕਾਲੀ ਦਲ ਪਾਰਟੀ ਆਈ ਸੀ ਉਦੋਂ ਦੀ ਧਰਮ ਨੂੰ ਮਰਜ ਕਰਤਾ ਨਾ ਨਾਲ SGPC ਤੇ ਅਕਾਲੀ, ਇਹ ਉਹਨੂੰ ਨਾਲ ਲੈ ਕੇ ਚੱਲਦੇ ਆ ਕਿਤੇ ਨਾ ਕਿਤੇ, ਜਿਹੜੀ SGPC ਆ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਉੱਤੇ ਭਾਰੀ ਪੈ ਰਹੀ ਆ? ਦੇਖੋ, ਧਰਮ ਤੇ ਜਿਹੜੀ ਸਿਆਸਤ ਹੁੰਦੀ ਹੈ ਨਾ, ਸ਼ੁਰੂ ਤੋਂ ਚੱਲਦੀ ਆ ਰਹੀ ਹੈ। ਇਹ ਜਦੋਂ ਰਾਜੇ ਮਹਾਰਾਜਾ ਦਾ ਰਾਜ ਹੁੰਦਾ ਸੀ, ਧਰਮ ਅਤੇ ਸਿਆਸਤ ਨੂੰ ਡਾਇਰੈਕਸ਼ਨ ਦਿੰਦਾ ਹੁੰਦਾ ਸੀ ਰਾਜ ਕਰਨ ਵਾਸਤੇ। ਮਗਰ ਇੱਥੇ ਮੈਂ ਤੁਹਾਨੂੰ ਥੋੜ੍ਹਾ ਕੰਟਰਡਿਕਟ ਕਰੂੰਗਾ, ਜਿਹੜੇ ਮੁਲਕ 'ਚ ਆਪਾਂ ਬੈਠੇ ਹਾਂ, ਆਪਾਂ ਹਿੰਦੁਸਤਾਨ ਨੂੰ ਅਤੇ ਆਪਾਂ ਅਰਬੀਅਨ ਕੰਟਰੀਆਂ ਨੂੰ ਛੱਡ ਦਈਏ, ਇੱਕ ਚਾਈਨਾ ਨੂੰ ਛੱਡ ਦਈਏ, ਬਾਕੀਆਂ ਮੁਲਕਾਂ ਵਿੱਚ ਧਰਮ ਨੂੰ ਤਾਂ ਟੱਚ ਵੀ ਨਹੀਂ ਕਰਦੇ, ਪੋਲੀਟਿਕਸ ਆਪਣੀ ਹੈ। ਕੈਨੇਡਾ ਇੱਕ ਐਸਾ ਮੁਲਕ ਹੈ ਜਿਹੜਾ ਨਵਾਂ ਮਿਲਿਆ, ਨਵਾਂ ਮੁਲਕ ਹੈ, 150 ਸਾਲ ਦਾ ਇਤਿਹਾਸ ਹੈ ਸਾਰਾ। ਹਾਂਜੀ, ਲੇਕਿਨ ਸ਼ੁਰੂ ਤੋਂ ਹੀ ਤੁਸੀਂ ਇਤਿਹਾਸ ਪੜ੍ਹੋ ਨਾ, ਕ੍ਰਿਸਚੈਨਿਟੀ ਜਾਂ ਮੁਸਲਿਮ ਬਹੁਲ ਵਾਲੇ ਏਰੀਆ, ਇੱਥੇ ਬੜੀਆਂ ਲੜਾਈਆਂ ਹੀ ਆ ਧਰਮ ਦੇ ਨਾਂ 'ਤੇ ਵੀ। ਉਹ ਹੁਣ ਉਹ ਚੀਜ਼ ਨਹੀਂ ਹੈ ਜੀ, ਜਿਹੜੀ ਤੁਸੀਂ ਜਿਹੜੀ ਹੌਲੀ ਹੌਲੀ ਖਤਮ ਹੁੰਦਾ ਗਿਆ। ਸਾਡਾ ਮੁਲਕ ਗੁਲਾਮ ਰਿਹਾ, ਕਿੰਨਾ ਚਿਰ ਗੁਲਾਮ ਰਿਹਾ, 1000 ਸੈਂਕੜੇ ਸਾਲ। ਦੇਖੋ ਜੀ, ਉਹੀ ਉਹਨਾਂ ਮੁਲਕਾਂ 'ਚ ਵੀ, ਹਾਂਜੀ, ਧਰਮ ਨੇ ਤੇ ਸਿਆਸਤ ਨੇ ਆਪਣਾ ਪਿੱਛਾ ਛੱਡਣਾ ਨਹੀਂ। ਹਾਂਜੀ, ਸਾਡੀ ਖੁਸ਼ਕਿਸਮਤੀ ਆ ਪੰਜਾਬ ਦੀ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ, ਹਾਂਜੀ, ਔਰ ਉਹਨਾਂ ਤੋਂ ਬੜੀ ਰੋਸ਼ਨੀ ਮਿਲਦੀ ਹੈ ਸਾਨੂੰ। ਹਾਂਜੀ ਹਾਂਜੀ, ਅਸੀਂ ਅਗਰ ਚੰਗੀ ਤਰ੍ਹਾਂ ਪੜ੍ਹੀਏ, ਚੰਗੀ ਤਰ੍ਹਾਂ ਉਹਨਾਂ ਦੇ ਸ਼ਬਦਾਂ ਦਾ ਉਚਾਰਨ ਕਰੀਏ, ਜਾਂ ਕਿਸੇ ਅੱਛੇ ਵਿਦਵਾਨ ਕੋਲੋਂ ਦੀ ਸੰਗਤ ਕਰੀਏ, ਜਾਂ ਕਿਸੇ ਮਹਾਂਪੁਰਖ ਦੀ, ਤਾਂ ਸਾਨੂੰ ਬੜਾ ਗਿਆਨ ਮਿਲਦਾ। ਇੱਥੇ ਜਿਹੜਾ ਦਿੱਕਤ ਕੀ ਹੈ ਵੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਵੇਖੋ ਕੀ ਹਾਲ ਕੀਤੀ ਇਹਨਾਂ ਨੇ। ਦੇਖੋ ਜੀ, ਭਾਵੇਂ ਬਾਈਬਲ ਆ, ਕੁਰਾਨ ਆ, ਗੁਰੂ ਗ੍ਰੰਥ ਸਾਹਿਬ ਆ, ਗੀਤਾ ਵਾ, ਜਿਹੜੇ ਆਪਣੇ ਧਾਰਮਿਕ ਗ੍ਰੰਥ ਆ, ਸਾਰਿਆਂ ਕੋਲ ਸ਼ਿਕਸ਼ਾ ਮਿਲਦੀ ਆ, ਸਾਰੇ ਇੱਕੋ ਗੱਲ ਹੀ ਕਹਿੰਦੇ ਆ। ਮਤਲਬ ਫਿਰ ਇਹਨਾਂ ਜਿਹੜਾ ਰੌਲਾ ਪਾਇਆ, ਜਿਹੜਾ ਲੜਾਈਆਂ ਨੇ, ਜਿਹੜੀ ਆਪਾਂ ਗੱਲ ਕਰਦੇ ਹਾਂ ਕਿ 300 ਸਾਲ ਪਹਿਲਾਂ ਤੱਕ ਤੁਸੀਂ ਰੋਮਨ ਦੀ ਗੱਲ ਕੀਤੀ ਆ, ਲੜਾਈਆਂ ਹੁੰਦੀਆਂ ਸੀਗੀਆਂ ਉਦੋਂ, ਜਿਹੜੀਆਂ ਧਰਮ ਦੀਆਂ, ਮੇਰੇ ਖਿਆਲ ਵਿੱਚ ਤਾਂ ਮੈਂ ਪੜਿਆ ਵਾ, ਧਰਮ ਕਰਕੇ ਘੱਟ ਤੇ ਗੱਦੀ ਕਰਕੇ ਜ਼ਿਆਦਾ ਹੁੰਦੀਆਂ ਸੀਗੀਆਂ। ਧਰਮ ਨੂੰ ਨਾ ਯੂਜ਼ ਕੀਤਾ ਜਾਂਦਾ ਹੁਣ ਇੱਥੇ ਇੰਡੀਆ ਦੇ ਰਾਜਾ ਗੋੜ ਹੈ, ਪਰਮਾਤਮਾ ਆ, ਲੋਕ ਬੋਲੋ ਨਾ, ਇਸੇ ਤਰ੍ਹਾਂ ਇੱਥੇ ਵੀ ਸੀ। ਦਿੱਕਤ ਕੀ ਆ ਹੁਣ ਪੰਜਾਬ ਆ, ਬਹੁਤ ਪੁਰਾਣੀ ਗੱਲਾਂ, ਸਮਾਂ ਐਵੋਲੂਸ਼ਨ ਆਉਂਦਾ ਰਹਿੰਦਾ, ਐਵੋਲੂਸ਼ਨ ਆਉਂਦਾ, ਪਰ ਹੁਣ ਇੰਡੀਆ ਦੇ ਵਿੱਚ ਜਿਹੜਾ ਐਵੋਲੂਸ਼ਨ ਆ ਆ ਰਿਹਾ, ਇਹ ਅੱਛੀ ਗੱਲਾਂ, ਸਲੋ ਸਲੋ ਆ ਰਿਹਾ, ਉੱਭਰਿਆ ਰਾਮ ਦਾ ਪੰਜਾਬ ਤੋਂ ਸ਼ੁਰੂ ਦੋਸਤਾਂ ਚ ਹੋ ਗਿਆ, ਅਯੁੱਧਿਆ ਦਾ, ਇਹ ਆਉਣੀਆਂ ਨੇ ਚੀਜ਼ਾਂ, ਆਉਣੀਆਂ, ਕਿਉਂਕਿ ਲੋਬੀਆਂ ਨੇ ਕੰਮ ਕਰਨਾ, ਇਹਨੂੰ ਡਿਵੈਲਪਮੈਂਟ ਨਹੀਂ ਕਰਨ ਦੇਣੀ, ਇਹਦੀ ਤਾਕਤਾਂ ਨੇ ਹਿੰਦੁਸਤਾਨ ਦੀ, ਇੱਕ ਜਿਹੜੇ ਬਾਬੇ ਇੰਨੇ ਬੰਦੇ ਆ ਬਾਬਿਆਂ ਕਰਕੇ ਬਹੁਤ ਬਹੁਤ ਖਰਾਬ ਹੋਇਆ, ਖਤਮ ਵੀ ਹੋਣਗੇ, ਇਹ ਕਿਉਂਕਿ ਸਮਾਜ ਦੀ ਇੱਕ ਐਵੋਲੂਸ਼ਨ ਹੈ, ਐਵੋਲੂਸ਼ਨ ਜੀ। ਕੋਈ ਧਰਮ ਦੇ ਨਾਂ 'ਤੇ ਦੁਕਾਨ ਖੋਲ੍ਹੀ ਫਿਰਦਾ, ਕੋਈ ਐਜੂਕੇਸ਼ਨ ਦੇ ਨਾਂ ਦੁਕਾਨ ਖੋਲ੍ਹੀ ਫਿਰਦਾ, ਕੋਈ ਕਿਸੇ ਤਰੀਕੇ ਨਾਲ, ਕੋਈ ਪੋਲੀਟਿਕਸ ਦੇ ਨਾਂ 'ਤੇ ਦੁਕਾਨ ਖੋਲ੍ਹੀ ਫਿਰਦਾ। ਹੁਣ ਦਿੱਕਤ ਕੀ ਪੰਜਾਬ ਦਾ, ਆਪਾਂ ਤਾਂ ਪੰਜਾਬ ਦੇ ਰਹਿਣਾ ਆਪਾਂ, ਦੋਸਤੋ ਬੜਾ ਦੁਨੀਆ ਦੀਆਂ ਬੜੀਆਂ ਸਮੱਸਿਆਵਾਂ, ਉਹ ਆਪਾਂ ਕਿਤੇ ਬੇਅਰ ਕਰ ਲਾਂਗੇ ਡਿਸਕਸ। ਪੰਜਾਬ ਦੇ ਵਿੱਚ ਮਸਲਾ ਇਹ ਹੈ ਵੀ ਪੰਜਾਬ 'ਚ ਇਸ ਵੇਲੇ ਪੰਜਾਬ 'ਚ ਆਉਂਦਾ ਕੀ ਹੈ, ਪੰਜਾਬ ਦਾ ਮੁੱਦਾ ਕੀ ਹੈ? ਹਾਂਜੀ, ਸੁਖਬਾ ਹੁਣ ਲੀਡਰਸ਼ਿਪ ਡਿਵੈਲਪ ਹੋ ਰਹੀ ਹੈ ਬੜੀ ਸੋਹਣੀ, ਸੁਖਪਾਲ ਸਿੰਘ ਖਹਿਰਾ ਗਰੁੱਪ, ਬੈਂਸ ਸਾਹਿਬ, ਉੱਧਰੋਂ ਇੱਕ ਨਵੀਂ ਰਿਵੋਲਟ ਹੋਇਆ ਅਕਾਲੀ 'ਚ, ਹਾਂਜੀ, ਜਿਹੜੇ ਟਕਸਾਲੀ ਅਕਾਲੀ ਜਿਹਨੇ ਕਹਿੰਦੇ ਬ੍ਰਹਮਪੁਰਾ ਸਾਹਿਬ ਜਾਂ ਡਾਕਟਰ ਰਤਨ ਸਿੰਘ ਵਗੈਰਾ, ਅਤੇ ਜੀ ਇੱਕ ਇੱਕ ਨਵਾਂ ਇੱਕ ਕਾਂਗਰਸ ਵਿੱਚ ਹੈਗਾ ਐਲੀਮੈਂਟਸ, ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਆ, ਹਾਂਜੀ ਹਾਂਜੀ, ਉਹ ਵੀ ਪੰਜਾਬੀਆਂ ਦੇ ਹੱਕ ਵਾਸਤੇ ਇਮਾਨਦਾਰ ਬੰਦਾ ਹੈ, ਮਗਰ ਇੱਥੇ ਇੱਕ ਸਿੱਖਾਂ ਦੇ ਹੱਕ ਹਾਂਜੀ ਪੰਜਾਬ, ਸਾਡੇ ਪੰਜਾਬੀ ਕੌਮ ਦੇ ਵਾਸਤੇ ਕਰਤਾਰਪੁਰ ਦਾ ਮਸਲਾ ਉਹਨੇ ਹੱਲ ਕੀਤਾ, ਕਿੱਦਾਂ ਵੀ ਕਿੰਨਾ ਲੋਬੀਆਂ ਨੇ ਉਹਨੂੰ ਕਿੱਦਾਂ ਭੰਡਿਆ। ਮਗਰ ਇੱਕ ਗੱਲ ਇੱਥੇ ਆ, ਹੁਣ ਆਪਣੇ ਸਿੱਧੂ ਹੋ ਗਿਆ, ਕਾਂਗਰਸ ਹੋ ਗਈ, ਆਮ ਆਦਮੀ ਪਾਰਟੀ ਹੋ ਗਈ, ਅਕਾਲੀ ਹੋ ਗਏ, ਜੋ ਵੀ ਆਪਣੇ ਕਈ ਵਧੀਆ ਲੀਡਰ ਹੈਗੇ ਆ, ਜਿਹੜੇ ਸੀਨੀਅਰ ਲੀਡਰ ਵੀ ਅਕਾਲੀਆਂ ਦੇ ਹੈਗੇ ਆ, ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ, ਪੰਜਾਬ ਨੂੰ ਆਪਾਂ ਨਸ਼ਿਆਂ ਤੋਂ ਕਿੱਦਾਂ ਬਾਹਰ ਕੱਢੀਏ, ਰੋਜ਼ਗਾਰ ਕਿੱਦਾਂ ਦਈਏ, ਨਵੀਂ ਪੀੜ੍ਹੀ ਕਿੱਦਾਂ ਸਾਂਭੀਏ। ਹੁਣ ਅੱਜ ਦੀ ਡੇਟ ਦੇ ਵਿੱਚ ਦੇਖਿਆ ਜਾਵੇ, ਜਿਹੜੀ ਯੰਗ ਜਨਰੇਸ਼ਨ ਆ ਪੰਜਾਬ ਦੇ ਵਿੱਚ, 15 ਤੋਂ 20% ਰਹਿ ਗਈ ਆ, 25% ਜਨਰੇਸ਼ਨ ਬਾਹਰ ਆ ਗਈ ਆ, ਬਾਹਰਲੇ ਮੁਲਕਾਂ 'ਚ, 12ਵੀਂ ਕਰਕੇ ਬਾਹਰ ਆ ਜਾਂਦੇ ਆ, ਗ੍ਰੈਜੂਏਸ਼ਨ ਕਰਕੇ ਬਾਹਰ ਆਉਂਦੇ ਆ, ਹਰ ਪੇਰੈਂਟਸ ਕਹਿੰਦੇ ਕਿ ਨਿਆਣੇ ਸਾਡੇ ਬਾਹਰ ਸੈੱਟ ਹੋ ਜਾਣ, ਇੱਥੋਂ ਨਿਕਲਣ ਜਾਂ ਦਿੱਲੀ ਚਲ ਜਾਣ, ਬੰਬੇ ਚਲੇ ਜਾਣ। ਇਹ ਕਿਤੇ ਨਾ ਕਿਤੇ ਆਪਾਂ ਇਹ ਦੇਖ ਰਹੇ ਹਾਂ ਕਿ ਇੱਕ ਬੰਨੇ ਅਸੀਂ ਕਹਿ ਰਹੇ ਹਾਂ, ਬਾਹਰ ਫੋਰਨ ਦੇ ਵਿੱਚ ਪੂਰਾ ਜ਼ੋਰ ਚੱਲਦਾ ਪਿਆ ਵਾ ਕਿ ਪੰਜਾਬ ਨੂੰ ਅਲੱਗ ਕੰਟਰੀ ਘੋਸ਼ਿਤ ਕਰੋ, 2020 ਮੈਮੋਰੈਂਡਮ ਕਹਿ ਰਹੇ ਆ ਬਣਾਓ, ਤੇ ਕੀ ਪੰਜਾਬ ਦੇ ਵਿੱਚ ਇਸ ਚੀਜ਼ ਚੱਲ ਰਹੀ ਆ ਕਿ ਉਹਨੂੰ ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ? ਉਹਨੂੰ ਤਾਂ ਲੋਕੀ ਜ਼ਿਆਦਾ ਉੱਥੇ ਪ੍ਰੋਬਲਮਸ ਨਹੀਂ ਦਿੰਦੇ। ਅੱਛਾ, ਉੱਥੇ ਦਿੱਕਤ ਕੀ ਇਸ ਵੇਲੇ ਪੰਜਾਬ ਦੇ ਵਿੱਚ, ਜਿਸ ਤਰ੍ਹਾਂ ਕੀਤੀ ਗੱਲ ਕਿ ਨਸ਼ਿਆਂ 'ਚ ਮੁੰਡੇ ਭੱਜ ਰਹੇ ਆ, ਬਾਕੀ ਇਫੈਕਟ ਹੈਗਾ, ਇਹ ਕੋਈ ਡਰਾਈ ਨਹੀਂ ਕਰ ਸਕਦਾ, ਸਿਆਸੀ ਬੰਦੇ ਤਾਂ ਕਰਦੇ ਅਟਨਾਈ, ਲੇਕਿਨ ਦਿਸ ਇਜ਼ ਇਫੈਕਟ, ਇਫੈਕਟ ਹੈਗਾ, ਇਹ 'ਚ ਕੋਈ ਤੁਸੀਂ ਇਹਨੂੰ ਓਵਰ ਰੂਲ ਨਹੀਂ ਕਰ ਸਕਦੇ। ਹੁਣ ਗੱਲ ਇਹ ਹੈ ਵੀ ਹੁਣ ਇੱਕ ਬੜਾ ਵਧੀਆ ਮੌਕਾ ਆਇਆ, ਹਾਂਜੀ, ਕਿਉਂਕਿ ਸਮਾਂ ਜਿਹੜਾ ਹੁੰਦਾ ਨਾ, ਸਮਾਂ ਆਪਣੇ ਰਾਹ ਦਿੰਦਾ,
ਜਾਂ ਕਾਂਗਰਸ ਵਿੱਚ ਇੱਕ ਇੱਕ ਪੁਰਾਣੀ ਲੀਡਰਸ਼ਿਪ ਆ ਜਾਂ ਉਹ ਆਏ ਆ ਉਹਨਾਂ 'ਚੋਂ ਇੱਕ ਨਵਜੋਤ ਸਿੱਧੂ ਉੱਭਰ ਕੇ ਆਇਆ? ਆਪਾਂ ਇੱਕ ਕਾਲ ਲਈਏ ਫਿਰ ਆਪਾਂ ਸਿੱਧੂ ਸਾਹਿਬ ਦੀ ਗੱਲ ਕਰਦੇ ਹਾਂ। ਹੈਲੋ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਪ੍ਰੋਗਰਾਮ ਦੇਖ ਰਹੀ ਸੀ, ਬੜੀ ਵਧੀਆ ਗੱਲਬਾਤ ਚੱਲ ਰਹੀ ਹੈ। ਥੈਂਕ ਯੂ ਜੀ। ਮੈਂ ਪੁੱਛਣਾ ਚਾਹੁੰਦੀ ਸੀਗੀ ਵੀ ਜਿੱਥੇ ਅਸੀਂ ਅੱਜ ਗੱਲ ਕਰ ਰਹੇ ਹਾਂ ਪੰਜਾਬ ਦੀ ਪੋਲਿਟਿਕਸ ਦੀ, ਅਤੇ ਉੱਥੇ ਜੇ ਦੇਖਿਆ ਜਾਏ ਤਾਂ ਪੰਜਾਬ ਦੇ ਵਿੱਚ ਇੱਕ ਹੋਰ ਵੀ ਨਵਾਂ ਕੰਮ ਹੋਇਆ, ਕਹਿੰਦੇ ਸੀ ਸਰਕਾਰੀ ਜੋਬ ਜਿਹੜੇ ਕਰਦੇ ਨੇ ਉਹਨਾਂ ਦੀ ਤਨਖਾਹ ਘਟਾ ਦਿੱਤੀਆਂ ਜਾਣ, ਅਤੇ ਜਿਹੜੇ ਪੋਲਿਟਿਕਸ ਨੇ ਉਹਨਾਂ ਦੀਆਂ ਅਮਰਿੰਦਰ ਗਿੱਲ ਨੇ ਕਿ ਕਿਸੇ ਦੀ ਤਨਖਾਹ ਵਧਾ ਦਿੱਤੀਆਂ, ਇਹ ਕਿੰਨਾ ਕੁ ਸਹੀ ਹੈ ਤੁਹਾਨੂੰ ਕੀ ਲੱਗਦਾ ਵੀ ਇਹ ਜਾਇਜ਼ ਹੋ ਰਿਹਾ ਜਿਹੜੇ? ਦੇਖੋ ਜੀ, ਭੈਣ ਜੀ, ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਆਪਾਂ ਮੁੱਦੇ ਉੱਥੇ ਹੀ ਆ ਰਹੇ ਹਾਂ ਕਿ ਜਿਹੜੀ ਸਰਕਾਰਾਂ ਜਿਹੜੀਆਂ ਨੇ ਇਹ ਕੀ ਚਾਹੁੰਦੀਆਂ ਅਤੇ ਆਮ ਜਨਤਾ ਕੀ ਚਾਹੁੰਦੀ ਆ। ਸਰਕਾਰਾਂ ਸਿਰਫ ਆਪਣਾ ਘਰ ਭਰਨੀਆਂ ਚਾਹ ਰਹੀਆਂ ਨੇ, ਔਰ ਜਿੱਥੇ ਇਹ ਤੁਹਾਡਾ ਜਿਹੜਾ ਪੁਆਇੰਟ ਆ ਨਾ, ਪੁਆਇੰਟ ਅੱਛਾ ਹੈ, ਬਟ ਇਹ ਪੁਆਇੰਟ ਕਿਤੇ ਨਾ ਕਿਤੇ ਜਿਹੜਾ ਲਿੰਕ ਹੋ ਰਿਹਾ ਹੈ ਐਜੂਕੇਸ਼ਨ ਜਿਹੜੀ ਪ੍ਰਾਈਵੇਟਾਈਜ਼ ਹੋ ਰਹੀ ਆ, ਇਹ ਮਨੀ ਮਨੀ ਮਾਈਂਡ ਦੇ ਨਾਲ ਉਹਦੇ ਨਾਲ ਹੋ ਰਿਹਾ। ਇਹ ਤੁਸੀਂ ਕੰਟੀਨਿਊ ਪ੍ਰੋਗਰਾਮ ਦੇਖੋ, ਤੁਹਾਨੂੰ ਇਹਦਾ ਹੁਣੇ ਜੋ ਸਾਨੂੰ ਲੱਗ ਰਿਹਾ ਸਾਡੇ ਸਰੋਤੇ ਆਏ ਦੱਸਦੇ ਆ। ਕੁਰਸੀ ਕੁਰਸੀ ਜਾਂ ਪਿਆਰ ਜਿਹੜਾ ਹੁੰਦਾ ਨਾ, ਦੋਵੇਂ ਇੱਕੋ ਹੀ ਹੈ। ਦੱਸਦੇ ਤੁਹਾਨੂੰ ਐਕਸਪਲੇਨ ਕਰਦੇ ਸੀ, ਟੀਵੀ ਦੇਖੋ ਯਾਰ। ਮੈਂ ਪਹਿਲਾਂ ਵੀ ਅਰਜ਼ ਕੀਤੀ ਸੀ ਕਿ ਜਦੋਂ ਇਹ ਜੇ ਸਿਆਸੀ ਲੌਬੀਆਂ ਹੁੰਦੀਆਂ ਨਾ ਦੂਜੀਆਂ, ਇਹ ਬੜੇ ਬੜੇ ਸਰਮਾਇਆਦਾਰ ਜਗੀਰਦਾਰ ਰਾਜ ਕਰਦੇ ਆ, ਉਹਨੂੰ ਗਾਲਾਂ ਕੱਢਦਾ, ਉਹਨੂੰ ਗਾਲਾਂ ਕੱਢਦਾ, ਹਾਂਜੀ, ਅਤੇ ਮੋਸਤੀ ਇਹੋ ਸਮਝੋ ਵੀ ਅੰਦਰੋਂ ਰਲੇ ਹੀ ਹੁੰਦੇ ਆ, ਰਲੇ ਹੀ ਹੁੰਦੇ, ਇਹ ਇਹਨਾਂ ਰਿਸ਼ਤੇਦਾਰੀਆਂ ਸਾਂਝੀਆਂ ਹੁੰਦੀਆਂ, ਸਭ ਕੁਝ ਸਾਂਝਾ ਹੁੰਦਾ। ਅਤੇ ਜਿਹੜੀ ਤੁਸੀਂ ਗੱਲ ਕੀਤੀ ਤਨਖਾਹਾਂ ਦੀ ਗੱਲ ਕੀਤੀ ਹੈ ਨਾ, ਇਹ ਵਾਕਈ ਤੁਹਾਡੀ ਮੈਂ ਤੁਹਾਡਾ ਸਹਿਮਤ ਹਾਂ ਵੀ MLA ਦੀਆਂ ਤਨਖਾਹਾਂ ਵੱਧ ਰਹੀਆਂ ਨੇ, IAS ਅਫਸਰਾਂ ਦੀਆਂ ਤਨਖਾਹਾਂ ਵੱਧ ਰਹੀਆਂ ਨੇ, ਵਿਚਾਰੇ ਟੀਚਰ ਨੇ ਜਿਹੜੀ ਜ਼ਰੂਰਤ ਆ ਸਾਨੂੰ, ਕਿਉਂਕਿ ਅਸੀਂ ਖਰਚੇ ਵਧਾ ਲਏ ਨੇ ਅਨਪ੍ਰੋਡਕਟਿਵ ਸਟੇਟਾਂ ਦੇ, ਹਾਂਜੀ, ਚਾਹੇ ਉਹ ਪੰਜਾਬ ਸਟੇਟ ਹੋਵੇ, ਚਾਹੇ UP ਸਟੇਟ ਹੋਵੇ, ਜਾਂ ਕੋਈ ਵੀ ਦਸਤਾਂ ਦਾ ਸਟੇਟ, ਅਨਪ੍ਰੋਡਕਟਿਵ ਖਰਚੇ ਜਿਹੜਾ ਗੈਰ ਜ਼ਰੂਰੀ ਖਰਚੇ ਜਿਹੜੇ ਉਹ ਅਸੀਂ ਵਧਾ ਲਏ ਆ, ਚੋਣ ਮਸ਼ਹੂਰੀਆਂ ਕਰਨ 'ਚ, ਆਪਣਾ ਕਰਨਾ ਕੱਖ ਨਹੀਂ, ਪ੍ਰੋਜੈਕਟ ਕਰਨਾ, ਹਾਂਜੀ, ਅਤੇ ਉਹ ਮਾਸਟਰਾਂ ਦੀਆਂ ਦੂਜੇ ਵਿਚਾਰੇ ਛੋਟੇ ਮੁਲਾਜ਼ਮਾਂ ਦੀਆਂ ਨਾ ਨੌਕਰੀਆਂ, ਅਤੇ ਉਹ ਵੀ ਉੱਠ ਰਹਿੰਦੀਆਂ ਤਨਖਾਹਾਂ ਵੀ ਘਟਾ ਦੇ, ਉੱਥੇ ਹੀ ਡਾਂਗ ਚੱਲਣ ਦੀ, ਉੱਥੇ ਕੁਹਾੜਾ ਚੱਲਣ ਦੇ ਆ, ਉਹ ਮੈਂ ਤੁਹਾਡਾ ਸਹਿਮਤ ਹੈ, ਬਿਲ ਵੀ ਆਇਆ, ਮੈਂ ਨਹੀਂ ਐਗਰੀ, ਇਹ ਮਤਲਬ ਕਿਉਂਕਿ ਚਾਹੁੰਦੇ ਹੀ ਨਹੀਂ, ਜਿੱਦਾਂ ਇਹਨਾਂ ਨੇ ਅਮਨ ਜੀ ਨੇ ਕਿਹਾ ਵੀ ਪ੍ਰਾਈਵੇਟੇਸ਼ਨ ਆ ਗਈ ਆ, ਰਿਜ਼ਰਵੇਸ਼ਨ ਖਤਮ ਹੁੰਦੀ ਜਾ ਰਹੀ ਆ, ਉਹ ਕਿਉਂਕਿ ਚਾਹੁੰਦੇ ਹੀ ਨਹੀਂ ਗੇ ਵੀ ਇਹ ਆਮ ਗਰੀਬ ਆਦਮੀ, ਪਹਿਲਾਂ ਵੀ ਬੇਨਤੀ ਕਰ ਚੁੱਕਾ ਸੁਣਿਆ ਹੋਵੇ ਧਿਆਨ ਨਾਲ, ਵੀ ਜਿਹੜੇ ਛੋਟੇ ਜਿਹੇ ਮਿਡਲ ਕਲਾਸ ਲੋਕ ਨੇ ਜਾਂ ਪੜ੍ਹੇ ਲਿਖੇ ਲੋਕ ਨੇ ਸ਼ਹਿਰਾਂ 'ਚ ਆ ਗਏ ਪਿੰਡਾਂ 'ਚੋਂ, ਉਹਨਾਂ ਦੇ ਬੱਚੇ ਤਾਂ ਬਾਹਰ ਤੁਰੇ ਜਾਂਦੇ ਆ, ਅਤੇ ਜਿਹੜੇ ਕੱਖ ਨਹੀਂ ਕਰ ਸਕਦੇ, ਜਿਹੜੇ ਜਿਹਨਾਂ ਦੀ ਆਰਥਿਕਤਾ ਬੜੀ ਕਮਜ਼ੋਰ ਆ, ਛੋਟੀ ਥੋੜ੍ਹੀ ਥੋੜ੍ਹੀ ਜ਼ਮੀਨ ਆ ਜਾਂ ਮਜ਼ਦੂਰੀ ਖੇਤ ਮਜ਼ਦੂਰ ਆ, ਉਹਨਾਂ ਦੇ ਬੱਚੇ ਨਾ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਜਾਂ ਉਹਨਾਂ ਦਾ ਇੰਫਰਾਸਟ੍ਰਕਚਰ ਕੁਛ ਨਹੀਂ ਹੈਗਾ, ਅਤੇ ਉਹ ਉਹਨਾਂ ਨੂੰ ਤਾਂ ਨੁਕਸਾਨ ਹੋ ਰਿਹਾ, ਉਹ ਮਜ਼ਦੂਰ ਉਹ ਚਾਹੁੰਦੀ ਸਿਸਟਮ ਇਹ ਚਾਹੁੰਦਾ ਹੀ ਆ ਵੀ ਇਹ ਮਜ਼ਦੂਰ ਹੀ ਰਹਿਣ। ਹਾਂਜੀ, ਹੁਣ ਮੈਂ ਜਿਹੜੀ ਗੱਲ ਉਸੇ ਗੱਲ 'ਤੇ ਆ ਰਿਹਾ ਕਿ ਜਦੋਂ ਹੁਣ ਇਸ ਵੇਲੇ ਬੜਾ ਮੌਕਾ ਤਕੜਾ ਪੰਜਾਬ ਦੀ ਲੀਡਰਸ਼ਿਪ ਡਿਵੈਲਪ, ਕਿਉਂਕਿ ਪੰਜਾਬ ਨੂੰ ਲੀਡ ਇਸ ਵੇਲੇ ਚੰਗੇ ਲੀਡਰ ਦੀ ਲੋੜ ਹੈ, ਇੱਕ ਦਿੱਕਤ ਇਹ ਆ ਅਤੇ ਸਾਡੇ ਕਲੈਕਟਿਵ ਲੀਡਰਸ਼ਿਪ ਜਿਹਨੂੰ ਸਾਂਝੀ ਲੀਡਰਸ਼ਿਪ ਆ ਉਹ ਕਦੀ ਪੰਜਾਬ ਨੂੰ ਮਿਲਦੀ ਨਹੀਂ ਪਈ। ਆਪਣਾ ਸੁਭਾਅ ਜੀ, ਇੱਥੇ ਇੱਕ ਮੈਂ ਮੇਰੇ ਹੁਣੇ ਇੱਕ ਮਾਇੰਡ ਚੀਜ਼ ਆ ਰਹੀ ਸੀਗੀ, ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਜਿਹੜਾ ਵਾ ਜਿਹੜਾ ਇਹਨਾਂ ਨੇ ਗਲਤ ਡਿਸੀਜਨ ਲਿਆ, ਅਗਰ ਇਹ ਨਵਜੋਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ 'ਚ ਕੀਪ ਕਰ ਲੈਂਦੇ, ਰੱਖ ਲੈਂਦੇ, ਜਿਸ ਤਰ੍ਹਾਂ ਉਹਨਾਂ ਦੀ ਮੀਟਿੰਗਸ ਹੋਈਆਂ ਆਪਾਂ ਆਇਆ, ਜੇ ਕਿਤੇ ਨਾ ਕਿਤੇ ਸਿੱਧੂ ਇੱਧਰ ਆ ਜਾਂਦਾ ਤਾਂ ਅੱਜ ਆਮ ਆਦਮੀ ਪਾਰਟੀ ਦੀ ਨੁਹਾਰ ਹੋਰ ਹੋਣੀ ਸੀਗੀ, ਉਹਦੀ ਸ਼ੇਪ ਹੋਰ ਹੋਣੀ ਸੀਗੀ, ਅਤੇ ਇੱਥੇ ਹੀ ਕਿਤੇ ਨਾ ਕਿਤੇ ਇਹ ਨਹੀਂ ਲੱਗ ਰਿਹਾ ਕਿ ਸ਼ਾਇਦ ਭਗਵੰਤ ਮਾਨ ਚਾਹੁੰਦਾ ਸੀ ਕਿ ਉਹ ਨਾ ਆਵੇ ਕਿ ਉਹਦੀ ਇਮੇਜ ਘਟੇਗੀ, ਉਹਦੀ ਵੈਲਿਊ ਘਟੇਗੀ? ਬਿਲਕੁਲ ਠੀਕ ਹੈ, ਕੀ ਹੈ ਵੀ ਦੇਖੋ ਤਾਕਤ ਪਹਿਲਾਂ ਮੈਂ ਅਰਜ਼ ਕੀਤੀ ਵੀ ਹਰ ਆਦਮੀ ਤਾਕਤ ਚਾਹੁੰਦਾ, ਹਾਂਜੀ, ਤਾਕਤ ਚਾਹੁੰਦਾ, ਉਹਦੇ ਵਿੱਚ ਕੀ ਹੈ ਵੀ ਨਵਜੋਤ ਸਿੱਧੂ ਆਇਆ BJP ਛੱਡ ਕੇ, ਹਾਂਜੀ, ਉਹ ਥੋੜ੍ਹਾ ਜਿਹਾ ਸਿਰੜੀ ਜਿਹਾ ਬੰਦਾ ਵੀ ਮੈਂ ਸੌਂਕ ਪਟਿਆਲੇ ਵੀ ਨਹੀਂ ਜਾਂਦਾ, ਦੇਖੋ ਬੰਦਾ ਬਹੁਤ ਬੰਦਾ ਇਮਾਨਦਾਰ ਇਮਾਨਦਾਰ ਆ ਔਰ ਡੈਡੀਕੇਟਡ ਹੈ 'ਚ ਕੋਈ ਸ਼ੱਕ ਨਹੀਂ, ਹਾਂਜੀ, ਲੇਕਿਨ ਹਰ ਚੀਜ਼ਾਂ ਕਈ ਚੀਜ਼ਾਂ ਹੋਰ ਵੀ ਚਾਹੀਦੀਆਂ ਜ਼ਿੰਦਗੀ 'ਚ ਸਿਆਸਤ ਵਾਸਤੇ, ਉਹ ਬੰਦੇ ਨੇ ਵੇਖਿਆ ਵੀ ਨਹੀਂ ਉਹਦਾ ਕੋਈ ਪਿਛੋਕੜ ਵੀ ਜਿਹੜਾ ਕਾਂਗਰਸ ਦਾ ਹੈ, ਦੇਖੋ ਜੀ ਪਿਛੋਕੜ ਯਾਰ ਨੈਸ਼ਨਲ ਪਾਰਟੀ ਆ, ਇਹ ਬੰਦੇ ਅਜੇ ਇਕੱਠੇ ਹੀ ਹੋ ਰਹੇ ਆ, ਉਹਨਾਂ ਨੇ ਵੈਲਕਮ ਟੂ ਜਿਹੜੇ ਉੱਥੇ ਸੁੱਚਾ ਸਿੰਘ ਸੋਟੇਪੁਰ ਵਗੈਰਾ, ਭਗਵੰਤ ਮਾਨ, ਖਹਿਰਾ ਸਾਹਿਬ, ਛੋਟੇ ਹੋਰ ਬੰਦੇ ਸਨ ਜਾਂ ਉਹਨਾਂ ਦੇ ਬਰਾਬਰ ਜਿਹੜੇ ਆ ਗਏ ਸੀ ਸੈਂਟਰ ਲੀਡਰਸ਼ਿਪ ਆਈ, ਉਹਨਾਂ ਸਾਰਿਆਂ 'ਤੇ ਹੈਵੀ ਸੀ ਨਵਜੋਤ ਸਿੱਧੂ,
ਐਕਚੁਅਲੀ ਉਹੀ ਨਹੀਂ ਸੀ ਚਾਹੁੰਦੇ ਕਿ ਇਹ ਬੰਦਾ ਹੈਵੀ ਬੰਦਾ ਆਣ ਕੇ ਕਿ ਸਾਨੂੰ ਸੁਪਰ ਇੰਪੋਜ਼ ਕਰੇ ਯਾਰ ਸਾਨੂੰ ਇੰਪੋਜ਼ ਕਰ ਦੇਗਾ ਸਾਹਮਣਾ ਔਖਾ ਹੋ ਜਾਣਾ ਇਸ ਕਰਕੇ ਉਹ ਚਾਹੁੰਦੇ ਨਹੀਂ ਸਨ ਕਿ ਇਹਨੂੰ ਲਿਆਂਦਾ ਜਾਵੇ ਉਹ ਇਸ ਕਰਕੇ ਉਹ ਵੀ ਸਮਝ ਗਿਆ ਸਿਆਣਾ ਬੰਦਾ ਨਹੀਂ ਗੱਲ ਬੰਨੀ ਨਹੀਂ ਨਹੀਂ ਉਹਦੇ ਵਿੱਚ ਕੇਜਰੀਵਾਲ ਜੀ ਤੇ ਉਹਨੂੰ ਲਿਆਉਣਾ ਚਾਹੁੰਦੇ ਸੀਗੇ ਬਟ ਇਹਨਾਂ ਬੰਦਿਆਂ ਦੇ ਮੇ ਵੀ ਪ੍ਰੈਸ਼ਰ ਪਾਉਣ ਕਰਕੇ ਕਿ ਉਹਨੂੰ ਯੈਸ ਨਾ ਕੀਤੀ ਗਈ ਹੋਵੇ ਉਹਨੂੰ ਗੋਲਮੋਲ ਕਰਤਾ ਹੋਵੇ ਗੱਲ ਸਾਡੀ ਮੈਂ ਗੱਲ ਸਮਝਦਾ ਲੇਕਿਨ ਗੱਲ ਇਹ ਹੈ ਨਾ ਸਾਡੀ ਜਿਹੜੀ ਮੈਂ ਜਿੱਥੇ ਕਹਿਣਾ ਚਾਹੁੰਦਾ ਜਿਹੜੀ ਗੱਲ ਹਾਂਜੀ ਗੱਲ ਇੰਡੀਵਿਜੁਅਲ ਦੀ ਨਹੀਂ ਹੈਗੀ ਪਾਰਟੀ ਦੀ ਹੈ ਗੱਲ ਹੈਗੀ ਵਿਚਾਰਧਾਰਾ ਦੀ ਲੋਕ ਚਾਹੁੰਦੇ ਕੀ ਹੈ ਪੰਜਾਬ ਦੇ ਮੁੱਦੇ ਕੀ ਹੈ ਉਹਨਾਂ ਨੂੰ ਕਿਹੜਾ ਹੈਂਡਲ ਕਰ ਸਕਦਾ ਦੇਖੋ ਜੀ ਮੈਨੂੰ ਤੇ ਜੋ ਲੱਗ ਰਿਹਾ ਕਿ ਮੇ ਬੀ ਆਉਣ ਵਾਲਾ ਨੈਕਸਟ ਜਿਹੜਾ ਸੀਐਮ ਹੈ ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਹੋਏਗਾ ਹੋਪਫੁਲੀ ਉਹੀ ਹੋਣਾ ਚਾਹੀਦਾ ਵਾ ਕਿਉਂਕਿ ਸਿਆਸਤ ਚ ਭਵਿੱਖਬਾਣੀ ਤੇ ਕਦੀ ਕੀਤੀ ਨਹੀਂ ਜਾ ਸਕਦੀ ਆਪਣੀ ਦੇਖੋ ਹੁਣ ਜਿਹੜਾ ਲਾਸਟ ਅਚੀਵਮੈਂਟ ਨੇ ਕੀਤੀ ਆ ਜਿਸ ਤਰ੍ਹਾਂ ਵੀ ਆ ਬਟ ਉਹਦੇ ਨਾਲ ਇਹਦਾ ਇੱਕ ਇੱਕ ਲੈਵਲ ਤੇ ਅੱਗੇ ਸੀਗਾ ਹੁਣ ਇੱਕ ਲੈਵਲ ਹੋਰ ਵਧੀਆ ਹੋ ਗਿਆ ਕਿ ਇਹ ਬੰਦਾ ਵਾਕਈ ਪੰਜਾਬ ਦਾ ਕੁਝ ਸੋਚ ਰਿਹਾ ਦੇਖੋ ਜੀ ਉਹ ਜੇ ਭਾਵੇਂ ਉਹ ਕਾਂਗਰਸ ਚ ਹੈ ਚਾਹੇ ਉਹ ਕਿਸੇ ਕਿਤੇ ਵੀ ਹੈ ਉਹ ਪੰਜਾਬ ਦਾ ਲੀਡਰ ਪੰਜਾਬ ਦਾ ਲੀਡਰ ਆ ਉਹਦੇ ਵਾਸਤੇ ਮੈਟਰ ਨਹੀਂ ਕਰਦਾ ਕਿ ਕਾਂਗਰਸ ਹੈ ਬੀਜੇਪੀ ਹੈ ਜਾਂ ਇਹਦੇ ਚ ਆਉਂਦਾ ਤੇ ਉਹ ਆਮ ਆਦਮੀ ਫੈਕਟਰ ਹੈ ਇਸ ਫੈਕਟਰ ਨੂੰ ਖਤਮ ਕਰਨ ਵਾਸਤੇ ਇਹ ਖਤਮ ਕਰਨ ਵਾਸਤੇ ਬੜੀਆਂ ਫੋਰਸਸ ਕੰਮ ਕਰਦੀਆਂ ਚਲੋ ਆਪਾਂ ਇੱਥੇ ਨੈਕਸਟ ਐਪੀਸੋਡ ਚ ਗੱਲ ਕਰਾਂਗੇ ਹੁਣ ਸਾਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਠੀਕ ਹੈ ਤੇ ਤੁਹਾਡਾ ਇੱਕ ਵਾਰੀ ਫਿਰ ਇਸਤਕਬਾਲ ਕਰ ਲਈ ਨਹੀਂ ਦੇਖੀ ਨਾ ਉਹ ਆਪਾਂ ਕਰ ਲਾਂਗੇ ਅਗਲੀ ਯਾਰ ਹਾਂਜੀ ਹੁਣ ਮੌਕਾ ਮੌਕਾ ਹੈ ਤੇ ਸਾਨੂੰ ਖੇਰਾ ਸਾਹਿਬ ਦਾ ਜਿਹੜੇ ਟਕਸਾਲੀ ਅਕਾਲੀ ਨੇ ਇਹਨਾਂ ਇਹ ਸਾਰਿਆਂ ਦਾ ਕੀ ਰੁਝਾਨ ਹੋਣਾ ਚਾਹੀਦਾ ਤੇ ਇਹਨਾਂ ਜਿਹੜੇ ਪੁਰਾਣੇ ਲੀਡਰਸ਼ਿਪ ਆ ਉਹਦਾ ਕੀ ਖਤਮ ਕਰਕੇ ਇਹ ਕਿੱਦਾਂ ਲਗਾਂ ਵੱਧ ਸਕਦੀ ਮਤਲਬ ਇੱਕ ਨਵੇਂ ਪੰਜਾਬ ਦੀ ਸਿਰਜਣਾ ਕਿੱਦਾਂ ਕੀਤੀ ਜਾ ਸਕਦੀ ਆ ਅਗਲੀ ਵਾਰ ਵੇਖਾਂਗੇ ਹਾਂਜੀ ਤੇ ਸਰੋਤੋ ਸਾਨੂੰ ਦਿਓ ਇਜਾਜ਼ਤ ਤਮਾਂ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੇ ਨੈਕਸਟ ਵੀਕ ਤੁਹਾਨੂੰ ਫਿਰ ਮਿਲਾਂਗੇ ਸੁਭਾਸ਼ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਸਤਿ ਸ਼੍ਰੀ ਅਕਾਲ For all your real estate needs, give us a call. Kitchen and couch. ਇੱਥੋਂ ਤੁਸੀਂ ਘਰ ਵਿੱਚ ਵਰਤਣ ਵਾਲਾ ਹਰ ਤਰ੍ਹਾਂ ਦਾ ਸਮਾਨ ਲੈ ਸਕਦੇ ਹੋ ਜਿਸ ਤਰ੍ਹਾਂ ਡਾਇਨਿੰਗ ਟੇਬਲਸ ਸੋਫਾ ਸੈੱਟ ਬੈਡਰੂਮ ਸੈੱਟਸ प्रॉब्लम हो या फिर आपके चाहने वाले का कहने से बाहर होना कोर्ट में चलता केस विदेश जाने के लिए वीजा की प्रॉब्लम बिजनेस में आती प्रॉब्लम प्रमोशन का रुका होना बुरी शक्तियों से या बुरे सपनों से छुटकारा आप पर किए हुए शैतानी इल्म का फौरी खात्मा घर से भागे हुओं की फौरी वापसी पीर बाबा साहब से हर उम्र के हर तबके और हर बरादरी के लोग राब्ता करते हैं आप किसी भी समस्या के लिए अभी कॉल करें पीर बाबा साहब 011-9234-770-3331